जय गुरुदेव, जय भीम, जय वाल्मीकि। मैं रमेश कले लैके आ रहा हाँ कौम की सोच आजाद टीवी राही। तो आओ सतगुरु दास महाराज का उठासरा लैके प्रोग्राम की शुरुआत करते हाँ। साडा मकसद किसी दी भावना ठेस पहुँचा नहीं, साडा मकसद है समाज में हो रही गतिविधियां तुहाडे तक पहुँचा। तो अज की गल असी भारत देश की गल करांगे, जिस दे विच साडी एक बेटी ने एक भारत देश का नाँ ही उच्चा नहीं किया, सारे संसार दे विच उस समाज का भी नाम उच्चा किया है। उसका नाँ हिमा दास है। आओ उसकी पहले एक न्यूज़ सुनते हैं, उस तो बाद असी उसके उत्ते गल करांगे। और भारत देश तो आए हुए मेहमान जो साडे नाल हन उन्हां नाल तुहाडी इंट्रोडक्शन करावांगे जी। आसाम दे एक दलित परिवार दी फराटा दौड़ाक हिमा दास ने, जिसने भारत देश दी चोली विच महज 20 दिनां विच ही 5 गोल्ड मेडल पाए। फराटा दौड़ाक हिमा दास ने विश्व भर विच भारत देश दा नाम रोशन कर दिता है। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਹਿਮਾ ਦਾਸ ਨੇ ਇਸ ਮਹੀਨੇ ਦਾ 5ਵਾਂ ਗੋਲਡ ਮੈਡਲ ਜਿੱਤ ਇਤਿਹਾਸ ਰਚ ਦਿੱਤਾ। ਹਿਮਾ ਦਾਸ ਨੇ 400 ਮੀਟਰ ਦੀ ਦੌੜ 5.09 ਸੈਕਿੰਡ 'ਚ ਪੂਰਾ ਕਰ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਪਹਿਲਾਂ ਹਿਮਾ ਨੇ ਪੋਲੈਂਡ ਵਿੱਚ 2 ਜੁਲਾਈ ਨੂੰ ਆਪਣਾ ਪਹਿਲਾ ਸੋਨ ਤਗਮਾ ਜਿੱਤ, ਇੱਥੇ ਹੀ 7 ਜੁਲਾਈ ਨੂੰ ਦੂਜਾ ਤਗਮਾ ਜਿੱਤਿਆ। ਫਿਰ ਉਸਨੇ 13 ਜੁਲਾਈ ਨੂੰ ਤੀਜਾ ਤੇ 17 ਜੁਲਾਈ ਨੂੰ ਚੌਥਾ ਤਗਮਾ ਜਿੱਤਿਆ। ਤੁਹਾਨੂੰ ਦੱਸ ਦਈਏ ਕਿ ਬੀਤੇ ਸਾਲ ਜੁਲਾਈ 'ਚ ਹੀ ਹਿਮਾ ਨੇ IAAF ਵਿਸ਼ਵ ਅੰਡਰ 20 ਐਥਲੈਟਿਕਸ ਚੈਂਪੀਅਨਸ਼ਿਪ ਵਿੱਚ 400 ਮੀਟਰ ਦੌੜ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰ ਗੋਲਡ ਮੈਡਲ ਜਿੱਤਿਆ। ਜਿਸ ਤੋਂ ਬਾਅਦ ਹਿਮਾ ਦਾਸ ਨੇ ਕਦੇ ਹਾਰ ਨਹੀਂ ਮੰਨੀ ਅਤੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ। ਅਸੀਂ ਵੀ ਸਾਰੇ ਆਸ ਕਰਦੇ ਹਾਂ ਅਤੇ ਪ੍ਰਾਰਥਨਾ ਕਰਦੇ ਹਾਂ ਕਿ ਭਵਿੱਖ 'ਚ ਵੀ ਹਿਮਾ ਦਾਸ ਇਸੇ ਤਰ੍ਹਾਂ ਭਾਰਤ ਲਈ ਜਿੱਤ ਹਾਸਲ ਕਰ ਸੋਨ ਤਗਮੇ ਭਾਰਤ ਦੇਸ਼ ਦੀ ਝੋਲੀ ਪਾਉਂਦੀ ਰਹੇ। ਆਜ਼ਾਦ ਟੀਵੀ ਦੇ ਚੇਅਰਮੈਨ ਸ਼੍ਰੀ ਰਮੇਸ਼ ਕਲੇਰ, ਯੂਰਪ ਚੇਅਰਮੈਨ ਸ਼੍ਰੀ ਕਸ਼ਮੀਰੀ ਲਾਲ ਬੱਸਨ ਇਟਲੀ ਤੇ ਮੈਨੇਜਰ ਟੋਨੀ ਬੰਗੜ ਦੇ ਨਾਲ ਨਾਲ ਆਜ਼ਾਦ ਟੀਵੀ ਦੇ ਲੱਖਾਂ ਦਰਸ਼ਕਾਂ ਵੱਲੋਂ ਗੋਲਡਨ ਗਰਲ ਹਿਮਾ ਦਾਸ ਤੇ एक न्यूज़ सुनी है। तो इस तरह साढ़े को जो मेहमान भारत देश की धरती तो आए हैं, असी उन्होंने वाल चलते हाँ। साढ़े को डॉक्टर कौशल पनवार जी, जो दिल्ली यूनीवर्सिटी के असिस्टेंट प्रोफेसर का जॉब के उत्ते काम करते हैं, जिन्हों मेरा ख्याल कि तुम हरेक मीडिया के देखते होवोगे, जिन्हों के नाँ के नाल ही पता चल जाता है कि जो डॉक्टर पनवार कहा जाता है तो वह किस कौम के नाल किस समाज के नाल लिंक रखते हो। ਉਹਨਾਂ ਦਾ ਜਿਹੜੀ ਦੇਣ ਹੈ ਸਾਡੇ ਸਮਾਜ ਦੇ ਲਈ, ਦੁਨੀਆ ਦੇ ਕੋਨੇ ਕੋਨੇ ਵਿੱਚ ਕਿਹੜੀ ਵੀ ਕਿਸੇ ਵੀ ਯੂਨੀਵਰਸਿਟੀ ਦਾ ਤੁਸੀਂ ਵੱਡੀ ਯੂਨੀਵਰਸਿਟੀ ਦਾ ਨਾਮ ਲੈ ਲਓ, ਜਿਸ ਤਰ੍ਹਾਂ ਕਿ ਹਾਰਵਰਡਸ ਲਾ ਲਓ, ਅਮਰੀਕਾ ਦੀ ਲੈ ਲਓ, ਜਾਂ ਕੈਨੇਡਾ ਦੀ ਲਾ ਲਓ, ਜਾਂ ਪੈਰਿਸ ਲੈ ਲਓ, ਜਾਂ ਲੰਡਨ ਦੀ ਲੈ ਲਓ, ਇਹ ਜਿਹੜੀਆਂ ਯੂਨੀਵਰਸਿਟੀਆਂ ਸਾਰੀਆਂ ਦੇ ਵਿੱਚ ਹੀ ਉਹਨਾਂ ਨੇ ਆਪਣੇ ਭਾਸ਼ਣ ਦਿੱਤੇ ਹਨ। ਉਹ ਅੱਜ ਕੱਲ੍ਹ ਸਾਡੇ ਸਟੂਡੀਓ ਦੇ ਵਿੱਚ ਕੰਚੀਟੀ ਜਾਂ ਟੀਵੀ ਦੇ ਸਟੂਡੀਓ ਦੇ ਵਿੱਚ ਆ ਚੁੱਕੇ ਹਨ। ਅਸੀਂ ਉਹਨਾਂ ਨੂੰ ਜੀ ਆਇਆਂ ਵੈਲਕਮ ਕਰਦੇ ਹਾਂ। ਕੌਸ਼ਲ ਜੀ, ਤੁਹਾਨੂੰ ਜੀ ਆਇਆਂ ਵੈਲਕਮ ਕਰਦੇ ਹਾਂ ਜਾਂ ਟੀਵੀ ਵੱਲੋਂ ਜੀ। ਅਤੇ ਤੁਸੀਂ ਨਾਲ ਹੀ ਮੇਰੇ ਵੱਡੇ ਵੀਰ ਮੇਰੇ ਅਰਵਿੰਦਰ ਚੌਹਾਨ ਜੀ, ਜੈ ਗੁਰਦੇਵ, ਜੈ ਭੀਮ, ਜੈ ਭਾਰਤ ਜੀ। ਧੰਨ ਗੁਰਦੇਵ, ਜੈ ਭੀਮ, ਜੈ ਭਾਰਤ। ਅਤੇ ਕੌਸ਼ਲ ਜੀ, ਪਹਿਲਾ ਸਵਾਲ ਮੇਰਾ ਹੈ ਕਿ ਤੁਸੀਂ ਅੱਜ ਇੰਗਲੈਂਡ ਦੀ ਧਰਤੀ 'ਤੇ ਆਏ ਹੋ, ਕੀ ਰੀਜ਼ਨ ਹੈ ਕਿ ਤੁਸੀਂ ਇੰਗਲੈਂਡ ਦੇ ਵਿੱਚ ਅੱਜ ਆਏ? ਕੀ ਇੱਕ ਆਪਣਾ ਫੈਮਿਲੀ ਟ੍ਰਿਪ ਹੈ ਜਾਂ ਸਮਾਜ ਪ੍ਰਤੀ ਟ੍ਰਿਪ ਹੈ? ਆਪਣੀ ਬਾਤ ਕਰਨ ਸੇ ਪਹਿਲੇ ਮੈਂ ਆਜ਼ਾਦ ਟੀਵੀ ਕੇ ਚੇਅਰਪਰਸਨ ਰਮੇਸ਼ ਕਲੇਰ ਜੀ ਔਰ ਅਰਵਿੰਦਰ ਚੌਹਾਨ ਜੀ ਕੋ ਬਧਾਈ ਦੇਤੀ ਹੂੰ, ਔਰ ਆਪ ਸਭ ਖਾਸਕਰ ਆਜ਼ਾਦ ਟੀਵੀ ਕੇ ਚੇਅਰਮੈਨ ਰਮੇਸ਼ ਕਲੇਰ ਜੀ ਕੋ ਦੁਨੀਆ ਮੈਂ ਜਾਣਾ ਜਾਤਾ ਹੈ, ਉਨਕੇ ਕਾਮ ਕੋ ਦੇਖਤੇ ਹੋਏ ਭਾਰਤ ਕਾ ਹਰ ਇੱਕ ਬੱਚਾ ਬੱਚਾ ਜਾਣਤਾ ਹੈ, ਨਾ ਸਿਰਫ ਭਾਰਤ ਬਲਕਿ ਕੋਈ ਵੀ ਵਿਸ਼ਵ ਕਾ ਐਸਾ ਦੇਸ਼ ਨਹੀਂ ਜਿਸਕੋ ਆਪਕੋ ਨਹੀਂ ਜਾਣਤੇ ਹੂੰ। ਮੈਂ ਆਪਕੇ ਦਰਸ਼ਕੋ ਕੋ ਔਰ ਆਪ ਦੋਨੋਂ ਕੋ ਹੀ ਜੈ ਭੀਮ ਬੋਲਤੀ ਹੂੰ, ਜੈ ਭਾਰਤ ਬੋਲਤੀ ਹੂੰ। मैं यहाँ कैम्ब्रिज यूनिवर्सिटी में आई थी, मेरा प्रेजेंटेशन था यूनिवर्सिटी में कैंपस के अंदर, कैम्ब्रिज यूनिवर्सिटी के कैंपस के अंदर न्यू हैम कॉलेज में, जहाँ पे मुझे बोलना मतलब मुझे मैंने बोला जहाँ पे आचार्य मनु धर्मशास्त्र और हिंदू कोड बिल, जो हिंदू कोड बिल में जो महिलाओं को जो प्रावधान दिए गए, ना सिर्फ भारत की दलित महिलाएँ बल्कि भारत की हर एक वो महिला, चाहे वो किसी भी तबके की हो, किसी भी धर्म की हो, किसी भी जाति की हो, किसी भी क्षेत्र से हो, उनको जो अधिकार जो बाबा साहब भीमराव अम्बेडकर ने एक पेटेंट के रूप में दिए,
जिसमें भारत का कोई भी व्यक्ति चाहे किसी भी धर्म का हो किसी भी जाति का हो जो जो उनको डिनाई नहीं कर सकता, जो उनको क्लेम नहीं कर सकता, और जो हमारे धर्मशास्त्रों में भारत की जो राजनीति भारत की जो सामाजिक स्थिति है, महिलाओं की क्या भूमिका है धर्मशास्त्रों में, इन दोनों का कंपैरिजन स्टडी मैंने किया है इसके ऊपर। और मैंने साथ ही साथ कैम्ब्रिज यूनिवर्सिटी में ये मांग भी की थी कि जब हम भारत के संदर्भ में देखते हैं तो न्यू एजुकेशन पॉलिसी हम बनाने जा रहे हैं जिसका ड्राफ्ट भी तैयार हो चुका है। मेरा एक अपना सुझाव था कैम्ब्रिज यूनिवर्सिटी के कैंपस में बोलते हुए कि ऐसे ही भारत की महिलाओं के लिए क्यों ना फीमेल न्यू पॉलिसी बनाई जाए। और जो कंपैरिजन जो मैंने किया धर्मशास्त्र और हिंदू कोड बिल का, नो डाउट बाबा साहब भीमराव अम्बेडकर ने जिस तरीके से हम महिलाओं को सुरक्षित किया, न सिर्फ सांस्कृतिक अधिकारों से, राजनीतिक अधिकारों से, सामाजिक अधिकारों से, बल्कि राजनीति जो हर एक बदलाव के लिए एक बुनियाद, एक तरह से बुनियाद की तरह देखी जाती है, एमपी बन सकते हैं, मेंबर ऑफ पार्लियामेंट, मेंबर ऑफ म्युनिसिपल कमेटीज, प्रधानमंत्री तक पहुंचती हैं महिलाएं, वो बाबा साहब भीमराव अम्बेडकर की ही देन है। हमने कैम्ब्रिज यूनिवर्सिटी में इसी सवाल को रखा था और मैं इंग्लैंड में दूसरा मेरा ट्रिप है, तब मैं इंपीरियल कॉलेज लंदन में थी और अब की बार कैम्ब्रिज यूनिवर्सिटी में आई हूँ। तो मैं आज़ाद टीवी के दर्शकों को और आप चेयरपर्सन को और चेयरमैन को आभार व्यक्त करती हूँ कि आपने मुझे यहाँ पर आने का मौका दिया। जी कौशल जी, इस दे नाल नाल ही तुसी पहले एक न्यूज़ देखी है हिमा दास दी जी, उस दे बारे क्योंकि तुसी भारत देश तो आए हैं, क्योंकि उन्होंने 5 नहीं 6 गोल्ड मेडल जीत चुके हैं, क्योंकि न्यूज़ एक दिन पहले बन चुकी है जी जी, तो उन्होंने 6 है, आप उसके बारे में क्या कहना चाहते हो? देखिए हिमा दास के ऊपर मतलब जितना भी गर्व किया जाए, क्योंकि मैं भारत से हूँ, भारत की बेटी हूँ, और हिमा दास तो बिल्कुल यंग लड़की है। उसने लगातार मतलब पोलैंड में जो जो गेम चल रहा है, जो खेल आयोजित किए गए हैं, वहाँ पर उसने लगातार 6 गोल्ड मेडल हासिल किए हैं, जो न सिर्फ भारत के लिए बल्कि दुनिया का ही अपना एक इतिहास है, जहाँ भारत के व्यक्ति जिन्होंने मतलब एक तरह से रिकॉर्ड बनाया हुआ था, उनके रिकॉर्ड को हिमा दास ने, जो हमारे जो दलित समाज से आती है, जो आदिवासी समाज की महिला है, आसाम से जो हमारी जो लड़की है, वो उसने जितने भी पिछले रिकॉर्ड थे वो इतिहास बना है, एक पूरा मतलब स्वर्ण अक्षरों में उनका नाम लिखा जाएगा भारत के इतिहास में, विश्व के इतिहास में भी, कि उन्होंने पूरी उस परंपरा को ही तोड़ दिया। कहाँ हम आज मिल्खा सिंह को एक तरह से उड़न खटोलने के नाम से जानते थे, आज हिमा दास ने उसको रिप्लेस कर दिया, और ये हमारे लिए न सिर्फ गर्व की अनुभूति है बल्कि एक एक नया मुकाम, जो लड़कियाँ जो आज हमारी जो यंग हैं, उन लड़कियों के लिए भी एक बहुत बड़ा गोल्डन चांस हिमा दास ने दिया है, जो अपने आप में ही एक इतिहास बनाया है। हमारी महिलाएं, हमारी लड़कियां, हमारी यंग जो लड़कियां जो कॉलेज में यूनिवर्सिटीज़ में हैं, जो जो अलग अलग तरह के फील्ड में जो काम कर रही हैं, इतनी समस्याओं के बावजूद भी एक तरफ लड़कियों को खासकर जो जो हमारा जो ग्रामीण क्षेत्र है वहाँ घूंघट में रहना पड़ता है, जहाँ पूरे कपड़े पहन के रखने पड़ते हैं, दूसरी तरफ एक ऐसी लड़की जिसने न सिर्फ भारत में बल्कि पोलैंड में जहाँ धुरंधर लड़कियाँ भी रही होंगी उनको सबको पीछे पछाड़ते हुए उस लड़की ने अभावों में जीते हुए भी हमारे यहाँ एकदम मतलब मुझे इसमें कहने में कोई हर्ज नहीं है कि हमारा पितृ प्रधान समाज है, यहाँ आज भी पुरुष को ज़्यादा महत्ता दी जाती है, चाहे वह खेलों का क्षेत्र हो, चाहे पढ़ाई का क्षेत्र हो, चाहे प्राइवेट फील्ड हो, चाहे इंडस्ट्री हो, चाहे बैंक्स हो, जितने भी जीवन के जो नए आयाम हमारे बीच में, इवन दलितों में भी, माफ़ कीजिएगा मैं बिल्कुल एकदम सीधा स्ट्रेट फॉरवर्ड बोलती हूँ, हमारे दलितों में भी जो महिलाओं को दोयम दर्जे का जो एक तरह से दर्जा दिया जाता है, उसने सारे रिकॉर्ड को तोड़ा है। और मुझे मेरे पास तो शब्द नहीं है हिमा दास के लिए, अगर कोई हिमा दास हो तो जितनी हिमा दास अब आगे बनेंगी वो अपने आप में ही भारत का नाम है, एक अलग तरह से चंद्रयान से कम नहीं है जो अभी हमारे भारत ने छोड़ा है। जी धन्यवाद जी, थैंक यू। तो चौहान जी, जिहड़ा अज हिमा दास दे बारे आप गल कर रहे हैं, उस बेटी दे बारे गल कर रहे हैं, वो साडे समाज की बेटी है, आदिवासी है, आसाम तो है, लेकिन उसने जो मारका मारिया है भारत देश का नाम ही नहीं उच्चा किया, भारत देश तो बाहर रहन वाले साडे समाज का, सारी दुनिया के साडे समाज का उन्होंने सिर उच्चा किया, कि अज साडा जिहड़ा मीडिया है भारत देश का मीडिया, कि उसनू इसे उसके बारे दिसया नहीं पे कि उसनू दिखाया जाए। सब तो पहला आजाद टीवी दे सारे भैन भरावान देखने वाला, जय भीम जय भारत। उस सब तो पहला तो मैं यही कहना चाहना कि मेरे सज्जे पासे ਤੁਸੀਂ ਕੌਸ਼ਲ ਪਰਿਵਾਰ ਨੇ ਸੁਣਿਆ, ਇਹ ਵੀ ਇੱਕ ਸਾਡੇ ਦੇਸ਼ ਦਾ ਮਾਣ ਹੈ, ਸਾਡੀ ਕਮਿਊਨਿਟੀ ਦਾ ਮਾਣ ਹੈ, ਜਿਨ੍ਹਾਂ ਦੇ ਇਸ ਮੁਕਾਮ 'ਤੇ ਪਹੁੰਚ ਕੇ, ਇਹ ਵੀ ਮੈਂ ਕਹਿ ਸਕਦਾ ਵੀ ਇਹ ਵੀ ਇੱਕ ਸਾਡੇ ਲਈ ਇੱਕ ਹਿਮਾ ਦਾਸ ਹੈ।
ਕਿਉਂਕਿ ਇਹਨਾਂ ਨੇ ਆਪਣੇ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਦਾ ਚਾਰਜ ਇਸ ਵੇਲੇ ਅੱਜ ਜਿਹੜੀ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਇਹ ਆਏ ਸਨ, ਉਸ ਤੋਂ ਬਾਅਦ ਇੰਪੀਰੀਅਲ ਕਾਲਜ ਵਿੱਚ ਵੀ ਇੱਥੇ ਸੰਸਕ੍ਰਿਤ ਲੈਕਚਰ ਦੇਣ ਆਉਂਦੇ ਰਹਿਣ। ਇਹਦਾ ਮਤਲਬ ਕਿਸੇ ਦੀ ਕੋਈ ਕਾਬਲੀਅਤ ਹੈ ਇਹੋ ਜਿਹੀ ਵੱਡੀਆਂ ਯੂਨੀਵਰਸਿਟੀਆਂ ਵਿੱਚ? ਲੰਡਨ ਦੀਆਂ ਕੈਂਬਰਿਜ ਯੂਨੀਵਰਸਿਟੀ ਵਨ ਆਫ ਦੀ ਟੋਪ ਯੂਨੀਵਰਸਿਟੀ ਹੈ, ਉੱਥੇ ਇਹਨਾਂ ਨੂੰ ਇਨਵਾਈਟ ਕੀਤਾ ਗਿਆ, ਉੱਥੇ ਇਹਨਾਂ ਨੇ ਲੈਕਚਰ ਦਿੱਤਾ। ਅੱਜ ਮੈਨੂੰ ਵੀ ਆਜ਼ਾਦ ਟੀਵੀ ਦੇ ਰਾਹੀਂ ਇਹਨਾਂ ਦਾ ਇੱਕ ਧੰਨਵਾਦ ਕਰਦਾ, ਇੱਕ ਸਾਡੀ ਮਾਣ ਵਾਲੀ ਗੱਲ ਹੈ ਕਿ ਸਾਡੇ ਨਾਲ ਇੱਕ, ਔਰ ਮੇਰੇ ਮਾਣ ਵਾਲੀ ਗੱਲ ਹੈ ਕਿ ਮੇਰੇ ਸੱਜੇ ਪਾਸੇ ਇੱਕ ਸਾਡੇ ਭਾਰਤ ਦੇਸ਼ ਦੀ ਬੱਚੀ ਜਿਹਨਾਂ ਨੇ ਇਸ ਲੈਵਲ 'ਤੇ ਪਹੁੰਚੇ, ਉਸ ਮੇਰੇ ਨਾਲ ਬੈਠੀ ਹੈ। ਜਿੱਥੋਂ ਤੱਕ ਹਿੰਮਤ ਦਾਸ ਦੀ ਗੱਲ ਹੈਗੀ ਆ, ਕੋਈ ਸਮਾਂ ਸੀ ਕਿ ਜਦੋਂ ਕਿ ਉਹ ਐਡੀਡਾਸ ਦੇ ਸ਼ੂ ਲੈਣ ਲਈ ਉਹ ਬੱਚੀ ਤਰਸਦੀ ਸੀ, ਉਹ ਬੱਚੀ ਕੋਈ ਇੰਨੀ ਕਪੈਸਿਟੀ ਨਹੀਂ, ਇੰਨੀ ਕਾਬਲੀਅਤ ਨਹੀਂ, ਇੰਨਾ ਪੈਸਾ ਨਹੀਂ ਸੀ ਉਹ ਐਡੀਡਾਸ ਦੇ ਬੂਟ ਦੇ ਕੇ ਭੱਜ ਸਕੇ, ਉਹ ਚਲੋ ਸੋਰੀ ਕਰ ਸਕੇ। ਉਸ ਤੋਂ ਬਾਅਦ ਹੁਣ ਉਹ ਦੇਖ ਲਓ, ਉਹੀ ਉਹ ਕੰਪਨੀ ਆ ਜਿਹੜਾ ਉਹਦੇ ਨਾਂ 'ਤੇ ਇਹ ਇੱਕ ਪਬਲਿਸਿਟੀ ਕਰ ਰਿਹਾ, ਉਹ ਉਸ ਲੜਕੀ ਦੇ ਨਾਂ 'ਤੇ। ਬਸ ਇਸ ਲੈਵਲ 'ਤੇ ਇਹ ਇੱਕ ਸਾਡੇ ਭਾਰਤ ਦੇਸ਼ ਲਈ ਇੱਕ ਮਾਣ ਵਾਲੀ ਗੱਲ ਹੈ। ਦੂਜੇ ਪਾਸੇ ਮੈਂ ਸਾਰੇ ਆਪਣੇ ਭੈਣ ਭਰਾਵਾਂ ਨੂੰ, ਬੱਚਿਆਂ ਨੂੰ ਇਹ ਇੱਕ ਮੈਸੇਜ ਦੇਣਾ ਚਾਹੁੰਦਾ ਵੀ ਕੋਸ਼ਿਸ਼ ਕਰਦੇ ਰਹੋ, ਤੁਸੀਂ ਕਿਸੇ ਲੈਵਲ 'ਤੇ ਵੀ ਹੋ। ਮੈਂ ਹਮੇਸ਼ਾ ਕਿਉਂਕਿ ਕਹਿੰਦਾ ਕਿ ਆਪਣੀ ਜਿਹੜੀ ਕਿ ਜ਼ਿੰਦਗੀ ਦੇ ਵਿੱਚ ਨਾ ਮੌਕੇ ਬਹੁਤ ਹਨ, ਚਾਹੇ ਪੜ੍ਹਾਈ ਦੇ ਹਨ, ਮੇਰੇ ਸੱਜੇ ਪਾਸੇ ਕੌਸ਼ਲ ਜੀ ਬੈਠੇ ਹਨ, ਇਹਨਾਂ ਨੇ ਵੀ ਬੜੀਆਂ ਸਟਰਗਲ ਇਸ ਲੈਵਲ ਤੋਂ ਉੱਠ ਕੇ ਇਸ ਲੈਵਲ 'ਤੇ ਪਹੁੰਚੀਆਂ। ਪੁਰਾਣੀ ਹਿਸਟਰੀ ਮੈਂ ਚਲੋ ਕਿ ਛੇੜੀਏ ਤਾਂ ਬੜਾ ਲੈਵਲ ਹੁੰਦਾ, ਆਓ ਸਾਨੂੰ ਇਹ ਸਿੱਖਣਾ ਹੈ ਅਸੀਂ ਕਿਸ ਤਰੀਕੇ ਦੇ ਨਾਲ ਇਹ ਮਾਰ ਕੇ ਮਾਰ ਸਕਦੇ ਹਾਂ, ਇਹ ਅਸੀਂ ਕੰਮ ਕਰ ਸਕਦੇ ਹਾਂ। ਆਜ਼ਾਦ ਟੀ ਵੀ ਰਾਹੀਂ ਅਸੀਂ ਸਾਰੇ ਭੈਣਾਂ ਭਰਾਵਾਂ ਨੂੰ ਇੱਕ ਹੇਮਾਦਾਸ ਨੂੰ ਵਧਾਈ ਦੇ ਰਹੇ ਹਾਂ, ਇੱਕ ਮੈਸੇਜ ਵੀ ਦੇ ਰਹੇ ਹਾਂ, ਆਓ ਉਸ ਬੱਚੀ ਤੋਂ ਕੁਛ ਸਿੱਖ ਕੇ ਅਸੀਂ ਜਿੱਥੇ ਵੀ ਹਾਂ ਜਿਸ ਘਰ ਵਿੱਚ ਹੀ ਹਾਂ, ਇੱਕ ਜੋ ਸਟਰਗਲ ਹੈ ਸਟਰਗਲ ਨੂੰ ਛੱਡਣਾ ਨਹੀਂ, ਕੈਰੀ ਔਨ ਇੱਕ ਵਿਧਾਨ ਅਸੀਂ ਇੱਕ ਜਿਹੜੀ ਸਾਡੀ ਬੁਲੰਦੀ ਹੈ ਕਾਮਯਾਬੀ ਉੱਥੇ ਪਹੁੰਚ ਜਾਵਾਂਗੇ। ਮੈਂ ਸਿਰਫ ਇੱਕ ਲਾਈਨ ਇਸ ਵਿੱਚ ਜੋੜਨਾ ਚਾਹ ਰਹੀ ਹਾਂ ਕਿ ਭਾਰਤ ਕੀ ਜਨਤਾ ਕੋ ਜਾਂ ਹਮਾਰੇ ਜੋ ਹਮਾਰਾ ਸਮਾਜ ਹੈ, ਦਲਿਤ ਸਮਾਜ ਹੈ, ਜੋ ਉਨਕੋ ਇਹ ਸਮਝਨੇ ਕੀ ਬਹੁਤ ਅੱਛੀ ਤਰ੍ਹਾਂ ਜ਼ਰੂਰਤ ਹੈ, ਹਿਮਾ ਦਾਸ ਕੇ ਐਗਜ਼ਾਮਪਲ ਕੇ ਦੇਖਤੇ ਹੋਏ ਕਿ ਜਬ ਜਬ ਅਵਸਰ ਦਿਆ ਜਾਏਗਾ ਹਮਾਰਾ ਦਲਿਤ ਸਮਾਜ, ਵੋ ਦਲਿਤ ਸਮਾਜ ਨਹੀਂ ਹੈ ਜਬ ਏਕਲਵਯ ਕਾ ਅੰਗੂਠਾ ਕਾਟ ਦਿਆ। ਵੈਰੀ ਗੁੱਡ, ਵੈਰੀ ਗੁੱਡ। ਅੱਜ ਹਮਾਰਾ ਜਬ ਜਬ ਵੀ ਅਵਸਰ ਦਿਆ ਗਿਆ ਹੈ, ਚਾਹੇ ਵੋ ਮੁਕਾਬਲਾ ਕਰਨੇ ਕੇ ਲਈ ਤਿਆਰ ਹੈ, ਟੌਪਰ ਰਹੀ ਹੋ, 12ਵੀਂ ਕਲਾਸ ਮੈਂ ਟੌਪ ਕਰਨੇ ਕੀ ਮਹਿਲਾਏ ਹਮਾਰੀ ਆਗੇ ਰਹੀ ਹੈ, ਹਮਾਰੀ ਜਿਤਨੀ ਲੜਕੀਆਂ ਆਗੇ ਬੜਤੀ ਜਾ ਰਹੀ ਹੈ, ਵੋ ਆਪਣੇ ਆਪ ਮੈਂ ਇੱਕ ਇਤਿਹਾਸ ਹੈ। ਮੈਂ ਕਹਿਣਾ ਬਸ ਇਤਨਾ ਹੀ ਚਾਹ ਰਹੀ ਹੂੰ ਕਿ ਜਬ ਜਬ ਹਮਾਰੀ ਮਹਿਲਾਓਂ ਕੋ, ਹਮਾਰੀ ਲੜਕੀਓਂ ਕੋ, ਹਮਾਰੇ ਦਲਿਤ ਸਮਾਜ ਕੇ ਲੋਗੋਂ ਕੋ ਜਬ ਜਬ ਅਵਸਰ ਦਿਆ, ਉਹਨੇ ਸਾਬਿਤ ਕੀਆ ਹੈ। ਆਪ ਦੇਖੀਏ ਇੱਕ ਤਰਫ ਇੱਕ ਮੈਂ ਵੀ ਗੱਲ ਕਰਨਾ ਚਾਹੁੰਦਾ, ਤੁਹਾਨੂੰ ਪਤਾ ਕਿ ਹਾਂਜੀ ਸੌਰੀ, ਹੈਲੋ ਜਗਦੇਵ ਜੀ, ਜਗਦੇਵ ਜੀ ਕਲੇਰ ਜੀ, ਹਾਂਜੀ ਵੀਰ ਜੀ, ਕੌਣ ਤੇ ਕਿੱਥੋਂ ਬੋਲ ਰਹੇ ਜੀ? ਤੁਹਾਡਾ ਪ੍ਰੋਗਰਾਮ ਸੁਣ ਰਹੇ ਹਾਂ ਵੀਰ ਜੀ, ਕੌਣ ਤੇ ਕਿੱਥੋਂ? ਬੜੀ ਖੁਸ਼ੀ ਹੋਈ ਹੈ ਕਿ ਤੁਸੀਂ ਹਿਮਾਦਾਸ ਦੇ ਬਾਰੇ ਗੱਲ ਕਰ ਰਹੇ ਹੋ। ਵੀਰ ਜੀ ਕੌਣ ਤੇ ਕਿੱਥੋਂ ਬੋਲ ਰਹੇ ਹੋ? ਮੈਂ ਹਰਬੰਸ ਸਾਹਿਬ ਬੋਲ ਰਿਹਾ, ਸੌ ਸਾਲ ਤੋਂ। ਹਾਂਜੀ ਹਰਬੰਸ ਜੀ ਮਿੱਡਾ ਜੀ, ਹਾਂਜੀ। ਤੇ ਮੈਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਹਿਮਾਦਾਸ ਦੇ ਬਾਰੇ ਗੱਲ ਕਰ ਰਹੇ ਹੋ ਜੀ। ਕਰਨੀ ਵੀ ਬਣਦੀ ਹੈ, ਸਾਡਾ ਹੱਕ ਆ। ਬਹੁਤ ਹੀ ਅੱਛੀ ਗੱਲ ਹੈ ਔਰ ਬੜਾ ਖੁਸ਼ੀ ਦਾ ਮੌਕਾ ਹੈ ਕਿ ਗਰਵ ਵਾਲੀ ਗੱਲ ਹੈ ਕਿ ਸਾਡੀ ਕਮਿਊਨਿਟੀ ਵਿੱਚ ਲੜਕੀ ਨੇ ਜੀ 6 ਮੈਡਲ ਗੋਲਡ ਮੈਡਲ ਲਏ ਆ ਜੀ। ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ, ਹਾਂਜੀ, ਕਿ ਇਹਦੇ ਬਾਰੇ ਮੀਡੀਆ ਦੇ ਵਿੱਚ ਗੱਲ ਹੋਈ ਹੈ ਹਿੰਦੁਸਤਾਨ ਦੇ ਵਿੱਚ ਜੀ, ਔਰ ਪ੍ਰਾਈਮ ਮਿਨਿਸਟਰ ਨੇ ਵੀ ਉਹਨੂੰ ਵਧਾਈ ਦਿੱਤੀ ਆ ਜੀ, ਔਰ ਉਹ ਤੋਂ ਵਾਅਦਾ ਲਿਆ ਕਿ ਉਹ ਗਾਂ ਇਸ ਤਰ੍ਹਾਂ ਹੀ ਕੰਮ ਕਰਦੀ ਰਹੇਗੀ ਜੀ। ਦੂਜੀ ਗੱਲ ਹੈ ਕਿ ਮੈਡਮ ਤੁਹਾਡੇ ਨਾਲ ਬੈਠੇ, ਮੈਨੂੰ ਉਹਨਾਂ ਦਾ ਨਾਂ ਤਾਂ ਨੀ ਪਤਾ, ਕੌਸ਼ਲ ਪਨਵਾਰ ਜੀ, ਯੂਨੀਵਰਸਿਟੀ ਚੋਂ ਡਿਗਰੀ ਕਾਲਜ ਤੋਂ ਲੈਕਚਰ ਵਗੈਰਾ ਕਦੇ ਇਨਵਾਈਟ ਹੁੰਦੇ ਆ ਜੀ। ਤੇ ਮੈਨੂੰ ਇਹ ਵੀ ਖੁਸ਼ੀ ਹੈ ਕਿ ਸਾਡੀ ਕਮਿਊਨਿਟੀ ਦੀ ਇੱਕ ਲੜਕੀ ਇਸ ਲੈਵਲ ਤੇ ਅੱਗੇ ਆ ਰਹੀ ਆ ਜੀ, ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ। ਮੈਂ ਉਹਨਾਂ ਨੂੰ ਵਧਾਈ ਦਿੰਦਾ, ਲੰਡਨ ਦੇ ਵਿੱਚ 30 ਸੈਲੀਬ੍ਰੇਸ਼ਨ ਹੋ ਰਿਹਾ ਆ, ਤੇ ਰਵਿਦਾਸੀਆ ਕਮਿਊਨਿਟੀ ਵੱਲੋਂ ਕੀਤਾ ਜਾ ਰਿਹਾ ਆ। ਇਹ 3 ਅਗਸਤ 2019 ਸ਼ਨੀਚਰਵਾਰ ਵਾਲੇ ਦਿਨ 1 ਵਜੇ ਤੋਂ 6 ਵਜੇ ਤੱਕ ਉਹਨਾਂ ਨੇ, ਉਹਦੇ ਵਿੱਚ ਬੀਬੀਆਂ ਦਾ ਪ੍ਰੋਗਰਾਮ ਹੀ ਹੁੰਦਾ, ਤੁਹਾਨੂੰ ਪਤਾ 30 ਦਾ ਜੋ ਪ੍ਰੋਗਰਾਮ ਹੁੰਦਾ ਬੀਬੀਆਂ ਦਾ ਪ੍ਰੋਗਰਾਮ ਹੁੰਦਾ। ਸਾਡੇ ਜੋ ਆਜ਼ਾਦ ਟੀਵੀ ਦੇ ਨੁਮਾਇੰਦੇ ਹਨ ਰਵੀ ਚੌਹਾਨ ਜੀ, ਉਹ ਚਾਵਲਾ ਜੀ, ਰਵੀ ਚਾਵਲਾ ਜੀ ਉਹ ਉਸਦੀ ਕਵਰੇਜ ਕਰਨਗੇ। ਉਸ ਤੋਂ ਬਾਅਦ ਅਸੀਂ ਬੀਨਸ ਟੀਵੀ ਦੇ ਉੱਤੇ ਉਸ ਨੂੰ ਪ੍ਰੋਗਰਾਮ ਨੂੰ ਵੀ ਦਿਖਾਇਆ ਜਾਵੇਗਾ। ਇਹ ਸਾਡਾ ਜਿਹੜਾ ਮੈਨਰ ਪਾਰਕ ਦੇ ਵਿੱਚ ਜਿਹੜਾ ਪ੍ਰੋਗਰਾਮ ਹੋ ਰਿਹਾ ਹੈ 3 ਅਗਸਤ ਸ਼ਨੀਚਰਵਾਰ ਵਾਲੇ ਦਿਨ, ਰਵੀ ਚਾਵਲਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਦੂਸਰਾ ਰਮੇਸ਼ ਲੱਦੜ ਜੀ ਦਾ ਜਨਮ ਜੋ 27 ਤਰੀਕ ਨੂੰ ਸ਼ਨੀਚਰਵਾਰ ਵਾਲੇ ਦਿਨ ਹੋ ਰਿਹਾ ਹੈ, ਉੱਥੇ ਸਾਡੇ ਟੋਨੀ ਬੰਗੜ ਜੀ ਸਪੈਸ਼ਲ ਬਰਮਿੰਗਮ ਤੋਂ ਉਹਨਾਂ ਦੀ ਰਿਕਾਰਡਿੰਗ ਕਰਨਾ ਰਿਹਾ ਜੋ ਬੀਨਸ ਟੀਵੀ ਦੇ ਉੱਤੇ ਉਹ ਜਲਦ ਹੀ ਦਿਖਾਈ ਜਾਵੇਗੀ। ਅਤੇ ਇਸੇ ਤਰ੍ਹਾਂ ਸਾਡੇ ਅੱਜ ਇੰਗਲੈਂਡ ਦੀ ਧਰਤੀ ਦੇ ਉੱਤੇ ਬੋਰਿਸ ਜੌਨਸਨ ਜੋ
ਪ੍ਰਾਈਮ ਮਿਨਿਸਟਰ ਬਣੇ ਹਨ। ਅੱਜ ਅਸੀਂ ਇਸ ਜੋ ਇੰਡੀਆ ਜਿਹੜਾ ਸਾਡਾ ਉਹ ਆਪਣੀ ਕੰਟਰੀ ਹੈ, ਲੇਕਿਨ ਜਿਹੜਾ ਸਾਡਾ ਸੈਕਿੰਡ ਕੰਟਰੀ ਬਣ ਚੁੱਕਾ ਹੈ ਜਿੱਥੇ ਇਹਦੇ ਬਛਿੰਦੇ ਹਾਂ ਅਸੀਂ, ਉਸ ਕੰਟਰੀ ਦੇ ਅੱਜ ਜਿਹੜੇ ਕੱਲ੍ਹ ਆ ਬੋਰਿਸ ਜੌਨਸਨ ਜੋ ਪ੍ਰੈਜੀਡੈਂਟ ਪ੍ਰਾਈਮ ਮਿਨਿਸਟਰ ਬਣੇ ਹਨ, ਅਸੀਂ ਉਸ ਦੀ ਵੀ ਸਾਰੇ ਹੀ ਸਮਾਜ ਨੂੰ ਸਾਰੇ ਇੰਗਲੈਂਡ ਨਿਵਾਸੀਆਂ ਨੂੰ ਵਧਾਈ ਦਿੰਦੇ ਹਾਂ। ਹੈਲੋ ਜਗਦੇਵ ਜੀ, ਹੈਲੋ ਹੈਲੋ ਜਗਦੇਵ ਜੀ, ਭਾਜੀ ਆਪਣਾ ਪਹਿਲਾਂ ਟੈਲੀਵਿਜ਼ਨ ਬੰਦ ਕਰੋ ਪਲੀਜ਼, ਟੈਲੀਵਿਜ਼ਨ ਬੰਦ ਕਰਕੇ ਪਲੀਜ਼। ਕੌਣ ਬੋਲ ਰਿਹਾ ਜੀ ਪਲੀਜ਼? ਜਿਹੜੇ ਵੀ ਮੇਰੇ ਭੈਣ ਭਰਾ ਨੇ ਕਾਲ ਕਰਨੀ ਆ, ਪਹਿਲਾਂ ਆਪਣੇ ਟੀ ਵੀ ਦੀ ਆਪਣੀ ਆਵਾਜ਼ ਵੋਲੀਅਮ ਜਿਹੜਾ ਡਾਊਨ ਕਰਨਾ ਆ, ਉਸ ਤੋਂ ਬਾਅਦ ਗੱਲ ਕਰਨੀ, ਕਿਉਂਕਿ ਨਹੀਂ ਅਦਰਵਾਈਜ਼ ਤੁਹਾਡੀ ਜਿਹੜੀ ਕਾਲ ਡਰੋਪ ਹੋ ਜਾਏਗੀ ਅਤੇ ਉਸ ਦੇ ਨਾਲ ਸਾਡਾ ਟਾਈਮ ਵੀ ਖਰਾਬ ਹੋਵੇਗਾ, ਆਪਦਾ ਟਾਈਮ ਵੀ ਖਰਾਬ ਹੋਵੇਗਾ। ਹੈਲੋ ਜਗਦੇਵ ਜੀ। ਜੈ ਭੀਮ ਜੀ। ਜੈ ਭੀਮ ਜੀ, ਵੀਰ ਜੀ ਕੌਣ ਤੇ ਕਿੱਥੋਂ ਬੋਲ ਰਹੇ ਜੀ? ਮੈਂ ਸੋਹਣ ਲਾਲ ਸਾਂਪਲਾ ਜਰਮਨ। ਹਾਂਜੀ ਸਾਂਪਲਾ ਜੀ, ਜਰਮਨ ਵਾਲਿਓ ਕੀ ਕਹਿਣਾ ਚਾਹੁੰਦੇ ਹੋ? ਕਰੇਲ ਸਾਹਿਬ ਜੈ ਭੀਮ ਜੀ, ਧੰਨਵਾਦ ਜੀ। ਜੈ ਭੀਮ ਜੀ, ਹਾਂਜੀ ਕੀ ਕਹਿਣਾ ਚਾਹੁੰਦੇ ਹੋ? ਪਹਿਲਾਂ ਤਾਂ ਡਾਕਟਰ ਕੌਸ਼ਲ ਨੂੰ ਵਧਾਈਆਂ। ਥੈਂਕ ਯੂ ਸਰ, ਥੈਂਕ ਯੂ ਸੋ ਮਚ। ਕਿਉਂਕਿ ਇਹ ਹਰ ਸਮੇਂ ਜਦੋਂ ਵੀ ਵਿਦੇਸ਼ ਚ ਆਉਂਦੇ ਆ ਆਪਣੇ ਦਲਿਤ ਗਰੀਬ ਭੈਣਾਂ ਭਰਾਵਾਂ ਦੀ ਗੱਲ ਕਰਦੇ ਆ ਜੀ, ਨਾ ਕਰੋ। ਦੂਸਰਾ ਜਿਹੜਾ ਹੇਮਾ ਦਾਸ ਨੇ ਜੀ ਦੇਸ਼ ਵਿਦੇਸ਼ ਦੇ ਵਿੱਚ 6 ਗੋਲਡ ਮੈਡਲ ਲੈ ਕੇ ਹਾਂਜੀ ਦਲਿਤ ਲੋਕਾਂ ਦਾ ਨਾਂ ਉੱਚਾ ਕੀਤਾ, ਬਹੁਤ ਬਹੁਤ ਵਧਾਈਆਂ ਡਾਕਟਰ ਅੰਬੇਡਕਰ ਮਿਸ਼ਨ ਸੋਸਾਇਟੀ ਯੂਰਪ ਵੱਲੋਂ। ਧੰਨਵਾਦ ਜੀ ਤੁਹਾਡਾ ਜੀ, ਧੰਨਵਾਦ। ਥੈਂਕ ਯੂ ਜੀ। ਇਹ ਸਨ ਸੋਨ ਸਾਂਪਲਾ ਜੀ ਜਰਮਨ ਤੋਂ, ਜਿਨ੍ਹਾਂ ਨੇ ਵਧਾਈਆਂ ਦਿੱਤੀਆਂ। ਲੇਕਿਨ ਸਾਡੇ ਕੋਲ ਮਹਿਮਾਨ ਜੋ ਆਏ ਅਸੀਂ ਅੱਜ ਉਹਨਾਂ ਨੂੰ ਪਹਿਲਾਂ ਬ੍ਰੇਕ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਸੁਣਨਾ ਆ, ਬ੍ਰੇਕ ਤੋਂ ਬਾਅਦ ਅਸੀਂ ਤੁਹਾਡੀਆਂ ਲਾਈਵ ਕਾਲਾਂ ਲਵਾਂਗੇ 02036330060 10, ਉਸ ਦੇ ਉੱਤੇ ਤੁਸੀਂ ਲਾਈਵ ਕਾਲ ਬ੍ਰੇਕ ਤੋਂ ਬਾਅਦ ਕਰ ਸਕਦੇ ਹੋ। ਅਸੀਂ ਕੌਸ਼ਲ ਜੀ ਫਿਰ ਉਹੀ ਗੱਲ ਦੀ ਗੱਲ ਕਰਦੇ ਹਾਂ ਕਿ ਜਦੋਂ ਤੁਸੀਂ ਪਹਿਲੀ ਵਾਰੀ ਇੱਕ ਮੀਡੀਆ ਦੇ ਵਿੱਚ ਟੀਵੀ ਦੇ ਉੱਤੇ ਕਿਸੇ ਬਹੁਤ ਹੀ ਵੱਡੇ ਕਲਾਕਾਰ ਨੇ ਕਿਹਾ ਜਾ ਸਕਦਾ, ਜਿਹੜਾ ਵੱਡੇ ਕੀ ਉਸ ਨੂੰ ਕਿਹਾ ਜਾਂਦਾ ਹੈ ਇੰਟੈਲੈਕਚੁਅਲ ਸਤੀ ਹੈ, ਹੀਰੋ 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 ਕਿਹਾ ਜਾਂਦਾ ਹੈ, ਉਸ ਕੇ ਸਾਥ ਆਮਿਰ ਖਾਨ ਇੰਟਰਵਿਊ ਦਿੱਤੀ ਸੀ, ਉਹ ਇੱਕ ਇੰਨੀ ਇੰਟਰਵਿਊ ਪਾਪੂਲਰ ਹੋਈ ਸੀ, ਇੱਕ ਉਹ ਆਪਣੀ ਕਮਿਊਨਿਟੀ ਦੀ ਆਪਣੇ ਸਮਾਜ ਦੀ, ਤੇ ਤੁਸੀਂ ਉਸ ਦੇ ਵਿੱਚੋਂ ਜਿਹੜੇ ਚਲਕਦੇ ਦਿਸਦੇ ਅੱਜ ਸਾਨੂੰ ਵੀ ਨਜ਼ਰ ਆਉਂਦੇ ਹੋ ਜੀ ਜੀ, ਕੀ ਕਹਿਣਾ ਚਾਹੁੰਦੇ ਹੋ ਉਸ ਬਾਰੇ? ਦੇਖੀਏ, ਮੈਂ ਇਹ ਕਹਿਣਾ ਚਾਹਤੀ ਹੂੰ ਕਿ ਹਮ ਲੋਗੋਂ ਨੇ ਜਬ ਕਾਸਟ ਕੇ ਸਵਾਲ ਪੇ ਬਾਤ ਕੀ ਥੀ ਜੀ, ਆਮਿਰ ਖਾਨ ਕਾ ਸਪੈਸ਼ਲ ਐਪੀਸੋਡ ਆਤਾ ਥਾ ਸਟਾਰ ਪਲੱਸ ਪੇ ਜੀ, ਉਸੀ ਕੇ ਤਹਿਤ ਸੋਰੀ ਨਾਮ ਨਹੀਂ ਲੈਣਾ ਕਿਸੇ ਚੈਨਲ ਕਾ ਪਲੀਜ਼, ਸੋਰੀ ਕੈਰੀ ਓਨ। ਓਕੇ ਸੋਰੀ ਕੈਰੀ ਓਨ। ਉਸਮੇ ਆਮਿਰ ਖਾਨ ਕੇ ਸਾਥ ਜਬ ਹਮ ਲੋਗ ਇੰਟਰਵਿਊ ਮੇ ਥੇ ਤੋ ਵਹਾਂ ਹਮਨੇ ਬਾਤ ਕੀ ਥੀ ਕਾਸਟ ਕੀ ਜੀ, ਉਸਕਾ ਪ੍ਰਭਾਵ ਆਜ ਹਮੇ ਦਿਖਾਈ ਦੇਤਾ ਹੈ ਜੀ। ਆਜ ਹਮ ਜੋ ਹਮਾਰੇ ਮਤਲਬ ਜੋ ਸਮਾਜ ਹੈ, ਜੋ ਹਮਾਰਾ ਜੋ ਤਬਕਾ ਹੈ, ਉਸਮੇ ਜੋ ਦਲਿਤ ਕੇ ਸਵਾਲ ਕੋ ਐਡਰੈਸ ਕੀਆ ਗਿਆ ਪੂਰੇ ਭਾਰਤ ਮੇ, ਵੋ ਇੱਕ ਆਪਣੇ ਆਪ ਮੇ ਇੱਕ ਅਚੀਵਮੈਂਟ ਰਹੀ। ਦੂਸਰੀ ਜੋ ਅਚੀਵਮੈਂਟ ਰਹੀ ਵੋ ਯੇ ਹਮ ਲੋਗੋ ਕੀ ਕਿ ਆਜ ਜੋ ਜਿਸ ਤਰੀਕੇ ਸੇ ਮੈਨੂਅਲ ਸਕੈਂਜਿੰਗ ਜੋ ਚਲਤੀ ਆ ਰਹੀ ਥੀ, ਹਾਲਾਂਕਿ ਪਹਿਲੇ ਨਿਰਮਲ ਭਾਰਤ ਅਭਿਆਨ ਚਲਾ, ਉਸਕੇ ਬਾਅਦ ਫਿਰ ਅਬ ਸਵੱਛ ਭਾਰਤ ਅਭਿਆਨ ਹੈ, ਲੇਕਿਨ ਜੋ ਮੈਂ ਜੋ ਪੋਜ਼ਿਟਿਵ ਜੋ ਜੋ ਮੁੰਜੇ ਦਿਖਾਈ ਦੇਤਾ ਵੋ ਯੇ ਕਿ ਜੋ ਜੋ ਮੇਨ ਹਾਲ ਮੇ ਜੋ ਹਮਾਰੇ ਜੋ ਲੋਕ ਜੋ ਮਾਰੇ ਜਾ ਰਹੇ ਥੇ ਯਾ ਮਰ ਰਹੇ ਥੇ, ਜੋ ਲਗਾਤਾਰ ਇੱਕ ਤਰ੍ਹਾਂ ਸੇ ਮਰਡਰ ਥਾ ਉਨਕਾ, ਅਬ ਕਮ ਸੇ ਕਮ ਟੈਕਨੀਕਲ ਮਸ਼ੀਨ ਉਸਕੇ ਲੀਏ ਲਾਈ ਗਈ ਹੈ, ਤੋ ਯੇ ਇੱਕ ਤਰ੍ਹਾਂ ਸੇ ਹਮ ਯੇ ਕਹਿ ਸਕਤੇ ਹੈ ਕਿ ਉਸ ਇੰਟਰਵਿਊ ਕਾ ਇੱਕ ਪ੍ਰਭਾਵ ਸੋਸਾਇਟੀ ਪੇ ਆਜ ਵੀ ਦਿਖਾਈ ਦੇਤਾ ਹਮਾਰੀ ਕੋਸ਼ਿਸ਼ ਹੈ ਸੱਤਾ ਮੇ ਬੈਠੇ ਹੋ ਲੋਗ। ਹਾਂ ਪਲੀਜ਼। ਹੈਲੋ ਜਗਦੇਵ ਜੀ। ਹੈਲੋ ਹੈਲੋ ਜਗਦੇਵ ਜੀ। ਜਗਦੇਵ ਜੀ ਹਾਂਜੀ, ਸਰਬਜੀਤ ਜੀ ਹਾਂਜੀ, ਕੀ ਕਹਿਣਾ ਚਾਹੁੰਦੇ ਹੋ ਇਟਲੀ ਵਾਲਿਓ? ਹਾਂਜੀ ਜੈਗੁਰਦੇਵ ਜੀ, ਕੌਸ਼ਲ ਜੀ ਉਹਨਾਂ ਨੂੰ ਵੀ ਬਹੁਤ ਬਹੁਤ ਸਾਡੇ ਵੱਲੋਂ ਪਿਆਰ। ਜੈਗੁਰਦੇਵ ਜੀ, ਜੈਗੁਰਦੇਵ ਜੀ ਹਾਂਜੀ, ਉਹਨਾਂ ਨੂੰ ਵੀ ਜੀ, ਤੇ ਕੌਸ਼ਲ ਜੀ ਉਹਨਾਂ ਨੂੰ ਤਾਂ ਅਸੀਂ ਹਮੇਸ਼ਾ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਫੋਲੋ ਕਰਦੇ ਆ, ਹਮੇਸ਼ਾ ਉਹਨਾਂ ਨੂੰ ਦੇਖਦੇ ਆ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਸਪੈਸ਼ਲੀ ਇਹਨਾਂ ਨੂੰ ਦਿੰਦੀ ਆ ਹਾਂਜੀ, ਕਿਉਂ ਇਹ ਲੰਡਨ ਆਏ ਆ। ਕੀ ਮੈਸੇਜ, ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਅੱਜ? ਤੇ ਹਿਮਾ ਦਾਸ ਬੇਟੀ ਲਈ ਤਾਂ ਜਿੱਦਾਂ ਕੌਸ਼ਲ ਜੀ ਨੇ ਪਹਿਲਾਂ ਕਿਹਾ ਕਿ ਸ਼ਬਦ ਹੈ ਹੀ ਨਹੀਂ ਸਾਡੇ ਲਈ, ਮੁਬਾਰਕ ਵੀ ਛੋਟਾ ਪੈ ਜਾਂਦਾ ਆ ਜੋ ਉਸ ਬੇਟੀ ਨੇ ਸਾਡੀ ਨੇ ਭਾਰਤ ਦੇਸ਼ ਲਈ ਕੀਤਾ ਹੈ ਨਾ, ਮਤਲਬ ਕਿ ਇੱਕ ਆਉਣ ਵਾਲੇ ਇਤਿਹਾਸ ਲਈ ਐਗਜ਼ਾਮਪਲ ਹੀ ਬਣ ਗਿਆ ਆ ਉਹ ਤਾਂ ਜੀ। ਸਾਲੋ ਸਾਲ ਹੀ ਅਸੀਂ ਆਹ ਵਾਲਾ ਉਹਦਾ ਰਿਕਾਰਡ 6 ਗੋਲਡ ਮੈਡਲ ਜਿੱਤਨੇ 20 ਦਿਨਾਂ ਦੇ ਵਿੱਚ। ਸਰਬਜੀਤ ਜੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਕਿ ਸਾਧੂ ਸਮਾਜ ਪੰਜਾਬ ਦੇ ਵਿੱਚੋਂ ਹਿਮਾ ਦਾਸ ਨੂੰ 3 ਲੱਖ ਰੁਪਈਏ ਦੇ ਨਾਲ ਸਨਮਾਨਿਤ ਕੀਤਾ ਗਿਆ। ਹਾਂਜੀ ਹਾਂਜੀ ਹਾਂਜੀ, ਉਹਨੂੰ ਉਹ ਸਾਡੇ ਸਮਾਜ ਵੱਲੋਂ ਬਹੁਤ ਵੱਡੀ ਸਾਡੇ ਸਮਾਜ ਦੀ ਸਾਧੂ ਸਮਾਜ ਨੇ ਬਹੁਤ ਖੁਸ਼ੀ ਵਾਲੀ ਗੱਲ ਹੈ, ਸਾਧੂ ਸਮਾਜ ਨੇ ਉਹਨੂੰ ਮਾਣ ਸਨਮਾਨ ਦਿੱਤਾ ਆ, ਚਾਹੇ ਉਹ ਸਾਡਾ ਛੋਟੀ ਰਾਸ਼ੀ ਆ ਚਾਹੇ ਬੜੀ ਰਾਸ਼ੀ ਆ, ਲੇਕਿਨ ਸੰਤ ਸਮਾਜ ਨੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਹੈ। ਕੁਛ ਵੀ ਆ ਹਾਂਜੀ, ਚਾਹੇ ਥੋੜਾ ਚਾਹੇ ਬਹੁਤਾ, ਬਟ ਉਸ ਬੇਟੀ ਲਈ ਆਸ਼ੀਰਵਾਦ ਆ ਇੱਕ, ਅਸੀਂ ਜਿੰਨਾ ਵੀ ਕਰ ਸਕੀਏ ਉਹਦੇ ਲਈ ਹੌਸਲਾ ਅਫਜ਼ਾਈ ਆ ਵੀ ਮਤਲਬ ਕਿ ਉਹਨੇ ਇੱਕ ਏਦਾਂ ਦਾ ਰੁਤਬਾ ਕੀਤਾ ਹਾਸਲ ਕੀਤਾ ਆ, ਮਤਲਬ ਕਿ ਆਉਣ ਵਾਲੇ ਸਾਲੋ ਸਾਲ ਯਾਦ ਰਹੂਗਾ ਇਹ ਵਾਲਾ। ਬਹੁਤ ਆਜ਼ਾਦ ਟੀਵੀ ਦੇ ਰਾਹੀਂ ਅਸੀਂ
ਜਿੰਨੇ ਵੀ ਬੇਟੀ ਦੇ ਨਾਲ ਜੁੜੇ ਸਭ ਨੂੰ ਮੁਬਾਰਕਬਾਦ ਦਿੰਦੇ ਹਾਂ। ਪਹਿਲੀ ਕੌਸ਼ਲ ਪਰਿਵਾਰ ਜੀ ਨੂੰ ਮੈਂ ਵੈਲਕਮ ਕਹਿੰਦੀ ਹਾਂ। ਤੁਹਾਡੇ ਸਟੂਡੀਓ ਦੇ ਵਿੱਚ ਅਸੀਂ ਹਮੇਸ਼ਾ ਹੀ ਫੋਲੋ ਕਰਦੇ ਹਾਂ ਸੋਸ਼ਲ ਮੀਡੀਆ ਤੇ ਇਹਨਾਂ ਨੂੰ। ਧੰਨਵਾਦ ਜੀ ਕੌਸ਼ਲ ਜੀ, ਧੰਨਵਾਦ ਜੀ ਸਰਬਜੀਤ ਜੀ ਸਨ ਇਟਲੀ ਤੋਂ ਜਿਨ੍ਹਾਂ ਨੇ ਕੌਸ਼ਲ ਜੀ ਨੂੰ ਵੈਲਕਮ ਕੀਤਾ, ਵਧਾਈ ਦਿੱਤੀ ਆ। ਅਤੇ ਜਦੋਂ ਮੈਂ ਕੌਸ਼ਲ ਜੀ ਵੱਲ ਫਿਰ ਜਾਂਦਾ ਕਿ ਕੌਸ਼ਲ ਜੀ ਜਦੋਂ ਤੁਸੀਂ ਐਜੂਕੇਸ਼ਨ ਲੈ ਰਹੇ ਸੀ ਤੁਹਾਨੂੰ ਬੜੀਆਂ ਤਕਲੀਫਾਂ ਆਈਆਂ, ਮੈਂ ਤੁਹਾਡੀ ਹਿਸਟਰੀ ਪੜ੍ਹਦਾ ਰਿਹਾ, ਦੇਖਿਆ ਵੀ ਸੁਣਿਆ ਵੀ, ਤੁਹਾਡੇ ਕੋਲ ਵੀ ਬੈਠਣ ਦਾ ਮੌਕਾ ਮਿਲਿਆ, ਗੱਲਬਾਤ ਵੀ ਕੀਤੀ, ਤੁਸੀਂ ਸੰਸਕ੍ਰਿਤ ਹੀ ਵਿਸ਼ਾ ਕਿਉਂ ਚੁਣਿਆ? ਦੇਖੀਏ ਇਹ ਸਵਾਲ ਬਹੁਤ ਮੇਰੇ ਲਈ ਇਮੋਸ਼ਨਲ ਹੈ, ਭਾਵਨਾ ਵਾਲਾ ਹੈ ਬਹੁਤ, ਔਰ ਇਸਕਾ ਸਵਾਲ ਕਾ ਜਵਾਬ ਦੇਣਾ ਮੁਝੇ ਬੜਾ ਮੁਸ਼ਕਿਲ ਹੋਤਾ ਹੈ, ਇਸਕੇ ਉੱਪਰ ਬਾਤ ਕਰਨਾ ਜੀ। ਨਟ ਚਲ ਮੈਂ ਬਸ ਇਤਨਾ ਹੀ ਕਹਿਣਾ ਚਾਹਤੀ ਹੂੰ ਕਿ ਜੋ ਸਮਾਜ ਕੀ ਜੋ ਇੱਕ ਤਤਕਾਲੀਨ ਸਮਾਜ ਕੀ ਜੋ ਪਰਿਸਥਿਤੀਆਂ ਥੀ ਜਾਂ ਜਿਸ ਤਰੀਕੇ ਸੇ ਬੁਨਤਰ ਥੀ ਸਮਾਜ ਕੀ, ਉਸ ਸਮਾਜ ਕਾ ਇੱਕ ਹਿੰਸਾ ਇੱਕ ਤਰ੍ਹਾਂ ਸੇ ਕਹੀਂ ਨਾ ਕਹੀਂ ਉਸ ਲੈਂਗੁਏਜ ਸੇ ਅਛੂਤਾ ਥਾ। ਇਹ ਨਾ ਸਿਰਫ ਦਲਿਤ ਕੇ ਸੰਬੰਧ ਮੇਂ ਬਲਕਿ ਪੂਰੀ ਕੀ ਪੂਰੀ ਇਸਤਰੀ ਜਾਤੀ ਕੇ ਸੰਬੰਧ ਮੇਂ ਵੀ ਥਾ। ਤੋ ਉਸਕੋ ਹਮਨੇ ਇੱਕ ਤਰ੍ਹਾਂ ਸੇ ਬ੍ਰੇਕ ਕੀਆ ਹੈ। ਉਸਕੋ ਬ੍ਰੇਕ ਕਾ ਕਾਰਨ ਯੇ ਹੈ ਕਿ ਆਜ ਹਮਾਰੀ ਮਹਿਲਾਏ ਔਰ ਖਾਸਕਰ ਮੈਨੇ ਖੁਦ ਇਸਮੇਂ ਡਾਕਟਰੇਟ ਕਾਸ਼ਲ ਕੀ ਪੀਐਚਡੀ ਕੀ ਔਰ ਖਾਸਕਰ ਇੰਡੀਆ ਕੀ ਟੌਪ ਮੋਸਟ ਯੂਨੀਵਰਸਿਟੀ ਜੋ ਆਪਣੇ ਆਪ ਮੇਂ ਹੀ ਇੱਕ ਇਤਿਹਾਸਿਕ ਯੂਨੀਵਰਸਿਟੀ ਹੈ ਜਵਾਹਰਲਾਲ ਨਹਿਰੂ ਯੂਨੀਵਰਸਿਟੀ, ਵਹਾਂ ਸੇ ਮੈਨੇ ਪੀਐਚਡੀ ਕੀਆ। ਤੋ ਹਮ ਲੋਗ ਇੱਕ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੇ ਜੈਸੇ ਹੀ ਹਮੇ ਸ਼ਿਕਸ਼ਾ ਕਾ ਅਧਿਕਾਰ ਜੋ ਜੋ ਮੌਲਿਕ ਅਧਿਕਾਰ ਕੇ ਤਹਿਤ ਇੱਕ ਤਰ੍ਹਾਂ ਸੇ ਦੇਖਾ ਜਾਤਾ ਹੈ, ਉਸਕੇ ਤਹਿਤ ਹਮ ਲੋਗ ਆਜ ਯਹਾਂ ਪਹੁੰਚੇ ਹੈ। ਅਗਰ ਬਾਬਾ ਸਾਹਿਬ ਅੰਬੇਡਕਰ ਨੇ ਸ਼ਿਕਸ਼ਿਤ ਬਨੋ ਕਾ ਨਾਰਾ ਨਾ ਦਿਆ ਹੋਤਾ ਔਰ ਮੇਰੇ ਚਾਚਾ ਕੇ ਅੰਦਰ ਯੇ ਲਗਨ ਨਾ ਪੈਦਾ ਹੋਤੀ, ਤੋ ਆਜ ਮੈਂ ਕੈਂਬਰਿਜ ਜੈਸੀ ਯੂਨੀਵਰਸਿਟੀ, ਹਾਰਵਰਡ ਜੈਸੀ ਯੂਨੀਵਰਸਿਟੀ, ਯੂਨੀਵਰਸਿਟੀ ਆਫ ਮੈਸਾਚੂਸੈਟਸ, ਬ੍ਰਿਟਿਸ਼ ਯੂਨੀਵਰਸਿਟੀ ਆਫ ਕੋਲੰਬੀਆ, ਤਮਾਮ ਦੁਨੀਆ ਭਰ ਕੀ ਕੌਸ਼ਲ ਜੀ ਇੱਕ ਗੱਲ ਵੇ ਮੈਂ ਇੰਟਰਪਟ ਕਰੂੰਗਾ ਜੀ, ਕਾਲ ਲੈ ਲੈ। ਹਾਂ ਪਲੀਜ਼। ਹੈਲੋ ਜੈਗਦੇਵ ਜੀ। ਹੈਲੋ 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 ਜੈਗਦੇਵ। ਹਾਂ ਜੈਗਦੇਵ ਜੀ, ਕਲੇਸ਼ ਸਾਹਿਬ, ਮੈਂ ਮਿੱਟਾ ਬੋਲ ਰਿਹਾ। ਹਾਂਜੀ ਮਿੱਟਾ ਜੀ, ਹਾਂਜੀ ਦੁਬਾਰਾ ਆਏ। ਅੱਛਾ ਹਾਂਜੀ, ਕੀ ਮੈਨੂੰ ਪਤਾ ਕਿ ਇਹਨਾਂ ਦਾ ਨਾਮ ਕੌਸ਼ਲ ਹੈ। ਹਾਂਜੀ, ਤੇ ਮੈਂ ਤੁਹਾਨੂੰ ਚੌਹਾਨ ਸਾਹਿਬ ਤੇ ਕੌਸ਼ਲ ਜੀ ਨੂੰ ਇਨਵਾਈਟ ਕਰਨਾ ਚਾਹੁੰਦਾ ਚਾਹ ਵਾਸਤੇ। ਦੇਖੋ ਇਹ ਕੌਸ਼ਲ ਜੀ ਸਵੇਰੇ ਨਹੀਂ ਮਿੱਟਾ ਜੀ, ਸਵੇਰੇ ਇਹਨਾਂ ਦੀ 9 ਵਜੇ ਦੀ ਫਲਾਈਟ ਆ ਇੰਡੀਆ ਦੀ, ਚਲੋ ਦੇਖਦੇ ਹਾਂ ਬਾਅਦ ਚ ਪ੍ਰੋਗਰਾਮ ਤੋਂ ਬਾਅਦ ਦੇਖਦੇ ਹਾਂ। ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ ਮਿੱਟਾ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ, ਧੰਨਵਾਦ ਮਿੱਟਾ ਜੀ, ਤੇ ਜ਼ਰੂਰ ਅਸੀਂ ਟਰਾਈ ਕਰਾਂਗੇ ਸ਼ਾਮ ਨੂੰ 1-2 ਮਿੰਟ ਲਈ ਤੁਹਾਡੇ ਕੋਲ ਪਹੁੰਚਣ ਦੀ। ਤੇ ਇਹ ਸਨ ਹਰਬੰਸ ਮਿੱਟਾ ਜੀ ਜਿਨ੍ਹਾਂ ਨੇ ਉਹਨਾਂ ਨੇ ਕੌਸ਼ਲ ਜੀ ਨੂੰ ਇਹ ਪਿਆਰ ਦੇ ਨਾਲ ਇਨਵਾਈਟ ਕੀਤਾ ਹੈ, ਉਸਦੇ ਨਾਲ ਨਾਲ ਸਾਨੂੰ ਵੀ ਉਹਨੇ ਇਨਵਾਈਟ ਕਰ ਲਿਆ, ਤੇ ਕਿਉਂਕਿ ਉਹਨੇ ਸਾਡੀ ਗੱਡੀ 'ਚ ਹੀ ਜਾਣਾ, ਉੱਧਰ ਜਾ ਨਹੀਂ ਸਕਦੇ ਉਹ। ਥੈਂਕ ਯੂ ਸੋ ਮਚ। ਤੇ ਇਹ ਗੱਲ ਸੀ ਕਿ ਚਲੋ ਅਸੀਂ ਗੱਲ ਜਿਸ ਤਰ੍ਹਾਂ ਫਿਰ ਕਰਦੇ ਹਾਂ ਕਿ ਜਿਹੜੀ ਤੁਸੀਂ ਗੱਲ ਕਰਦੇ ਆ ਆਪਾਂ ਸੰਸਕ੍ਰਿਤ ਦੀ ਪੀਐਚਡੀ ਦੀ, ਉਸ ਤੋਂ ਚਲੋ ਜਿੱਥੋਂ ਤੁਸੀਂ ਛੱਡੀ ਉੱਥੋਂ ਥੋੜ੍ਹੀ ਜਿਹੀ ਸ਼ਾਰਟਕੱਟ। ਹਾਂਜੀ, ਬਸ ਮੈਂ ਇਤਨਾ ਹੀ ਕਹਿਣਾ ਚਾਹ ਰਹੀ ਸੀ ਕਿ ਹਮਨੇ ਉਸਕੋ ਬ੍ਰੇਕ ਕੀਆ ਹੈ। ਦੇਖਿਏ ਸਮੇਂ ਕੇ ਸਾਥ ਸਾਥ ਸਥਿਤੀਆਂ ਬਦਲਤੀ ਹੈ ਜੀ। ਆਪ ਮੈਨੇ ਅਭੀ ਹਿਮਾ ਦਾਸ ਕਾ ਐਗਜ਼ਾਮਪਲ ਦੇਤੇ ਹੋਏ ਕਹਾ ਥਾ ਕਿ ਅਵਸਰ ਜਬ ਜਬ ਮਿਲਤਾ ਹੈ ਤੋ ਹਮਾਰੀ ਲੜਕੀਆਂ, ਹਮਾਰਾ ਪੂਰਾ ਸਮਾਜ, ਚਾਹੇ ਐਸਸੀ ਕਾ ਸਮਾਜ ਹੋ, ਐਸਟੀ ਕਾ ਹੋ ਜਾਂ ਬਹੁਜਨ ਸਮਾਜ ਹੋ, ਉਹ ਉਸਨੇ ਆਪਣੀ ਕਾਬਲੀਅਤ ਕੋ ਆਗੇ ਮਤਲਬ ਆਪਣੇ ਆਪ ਕੋ ਸਾਬਿਤ ਕੀਆ ਹੈ। ਠੀਕ ਉਸੀ ਤਰ੍ਹਾਂ ਇਹ ਵੀ ਇੱਕ ਉਸ ਨਜ਼ਰੀਏ ਸੇ ਦੇਖਾ ਜਾਣਾ ਚਾਹੀਏ ਕਿ ਹਮ ਲੋਗੋ ਕੋ ਜਬ ਜਬ ਅਵਸਰ ਮਿਲਾ ਹੈ ਤੋ ਹਮ ਲੋਗੋ ਨੇ ਉਸ ਵਿਸ਼ੇ ਮੇਂ ਜਹਾਂ ਆਪਣੇ ਥੋੜ੍ਹੀ ਸੀ ਹਮਾਰੇ ਲਈ ਪਾਬੰਦੀਆਂ ਬਣਾ ਰੱਖੀ ਥੀ, ਦੀਵਾਰੇ ਖੜੀ ਕਰਨੇ ਕੀ ਕੋਸ਼ਿਸ਼ ਕੀ, ਉਸਕੋ ਹਮਨੇ ਫਾਂਦ ਕੇ ਆਗੇ ਬੜਨੇ ਕੀ ਕੋਸ਼ਿਸ਼ ਕੀ। ਧੰਨਵਾਦ ਜੀ ਤੁਹਾਡਾ। ਅਤੇ ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਅਗਲੇ ਮਹੀਨੇ ਦੇ ਵਿੱਚ ਸਾਡੇ ਭਾਰਤ ਦੇਸ਼ ਦੀ ਧਰਤੀ ਤੋਂ ਬੰਬੇ ਤੋਂ ਇਹ ਕਲਪਨਾ ਸਰੋਜ ਜੀ ਅਗਲੇ ਮਹੀਨੇ ਆ ਰਹੀ ਆ, ਜੋ ਜਿਸ ਨੂੰ ਜਪਾਨ ਵਾਲਿਆਂ ਨੇ ਬੁੱਧੀ ਬੇਟੀ ਦਾ ਖਿਤਾਬ ਦਿੱਤਾ ਹੋਇਆ ਹੈ। ਹੈਲੋ ਜੈਗਦੇਵ ਜੀ। ਹੈਲੋ ਹੈਲੋ ਨਮਸਕਾਰ, ਮੈਂ ਸੁਰਿੰਦਰ ਬੋਲਿਆ ਗਿਆ ਫੋਨ। ਹਾਂਜੀ ਸੁਰਿੰਦਰ ਜੀ, ਸੁਰਿੰਦਰ ਜੀ ਜੈ ਗੁਰਦੇਵ, ਸੁਰਿੰਦਰ ਜੀ ਜੈ ਗੁਰਦੇਵ ਜੀ, ਸੁਰਿੰਦਰ ਧੰਨਵਾਦ ਜੀ ਤੁਹਾਡਾ। ਸੁਰਿੰਦਰ ਜੀ ਜਦੋਂ ਦੇਖੋ ਮੈਂ ਜਦੋਂ ਵੀ ਟੀਵੀ ਤੇ ਬੈਠਦਾ ਆ ਜਾਂ ਤੁਸੀਂ ਵੀ ਆਉਂਦੇ ਆ, ਇਹ ਸਾਡਾ ਇੱਕ ਫਰਜ਼ ਬਣਦਾ ਆ ਜੋ ਟੀਵੀ ਚੱਲਦਾ ਹੈ ਉਸਦਾ ਇੱਕ ਉਹਦਾ ਜਿਹੜਾ ਇੱਕ ਮਕਸਦ ਹੈ ਉਹ ਆਪਣੇ ਸਮਾਜ ਦੇ ਲਈ ਆਪਣੇ ਸਮਾਜ ਦੀ ਗਤੀਵਿਧੀਆਂ ਨੂੰ ਦੂਸਰਿਆਂ ਤੱਕ ਸਾਡੇ ਸਮਾਜ ਤੱਕ ਪਹੁੰਚਾਉਣਾ ਹੈ। ਉਸਦਾ ਜੋ ਵੀ ਮਾਟੋ ਹੈ ਉਸਦਾ ਪਹਿਲਾ ਹੈ ਜੈ ਗੁਰਦੇਵ ਜੈ ਭੀਮ ਜੈ ਵਾਲਮੀਕੀ। ਤੁਸੀਂ ਜਦੋਂ ਵੀ ਕਾਲ ਕਰਦੇ ਹੋ ਤੁਸੀਂ ਸਾਨੂੰ ਜੋ ਮਰਜ਼ੀ ਕਹਿ ਸਕਦੇ ਹਾਂ, ਅਸੀਂ ਇਹ ਨਹੀਂ ਕਹਿੰਦੇ, ਅਸੀਂ ਕਿਸੇ ਨੂੰ ਕੰਡੈਮ ਨਹੀਂ ਕਰਦੇ, ਲੇਕਿਨ ਜਿਹੜਾ ਸਾਡਾ ਆਪਣਾ ਮਕਸਦ ਹੈ ਸਾਡਾ ਰਵਿਦਾਸੀਆ ਕਮਿਊਨਿਟੀ ਦਾ, ਵਾਲਮੀਕ ਕਮਿਊਨਿਟੀ ਦਾ, ਅੰਬੇਡਕਰੀਆ ਕਮਿਊਨਿਟੀ ਦਾ, ਸਾਡਾ ਇਹ ਜਿਹੜਾ ਸਿੰਬਲ ਆ, ਜੋ ਸਾਡਾ ਲੋਗੋ ਆ, ਜੋ ਅਸੀਂ ਬੋਲਦੇ ਹਾਂ, ਅਸੀਂ ਉਸ ਨੂੰ ਅਸੀਂ ਜ਼ਰੂਰ ਪ੍ਰੈਫਰ ਕਰਾਂਗੇ ਕਿ ਜਿਹੜਾ ਵੀ ਭੈਣ ਭਰਾ ਸਾਡੇ ਟੀ ਵੀ ਦੇ ਉੱਤੇ ਕਾਲ ਕਰੇ ਸਾਨੂੰ ਜੈ ਵਾਲਮੀਕੀ ਜੈ ਭੀਮ ਜ਼ਰੂਰ ਬੋਲੇ, ਅਤੇ ਉਸ ਤੋਂ ਬਾਅਦ ਜੋ ਵੀ ਉਹ ਜੋ ਬੋਲੇਗਾ ਅਸੀਂ ਉਸ ਨੂੰ ਉਸ ਦਾ ਨਮਸਕਾਰ ਕਵਾਂਗੇ, ਸਤਿ ਸ਼੍ਰੀ ਅਕਾਲ ਕਵਾਂਗੇ ਅਤੇ ਸਲਾਮ ਅਲੈਕਮ ਕਵਾਂਗੇ। ਲੇਕਿਨ ਹੁਣ ਅਸੀਂ ਬ੍ਰੇਕ 'ਤੇ ਜਾ ਰਹੇ ਹਾਂ, ਬ੍ਰੇਕ ਤੋਂ ਬਾਅਦ ਤੁਹਾਡੀ ਲਾਈਵ ਕਾਲ ਲਵਾਂਗੇ 02036300610, ਤੁਸੀਂ ਲਾਈਵ ਕਾਲ ਕਰ ਸਕਦੇ ਹੋ। ਆਓ ਬ੍ਰੇਕ 'ਤੇ ਜਾ ਰਹੇ, ਬ੍ਰੇਕ ਤੋਂ ਬਾਅਦ ਮਿਲਦੇ। ਜੈ ਗੁਰਦੇਵ ਜੈ ਭੀਮ ਜੈ ਭਾਰਤ।
ਜੈ ਗੁਰਦੇਵ ਜੈ ਭੀਮ ਜੈ ਵਾਲਮੀਕੀ ਬ੍ਰੇਕ ਤੋਂ ਬਾਅਦ ਤੁਹਾਡੇ ਰੂਬਰੂ ਹੋ ਰਹੇ ਹਾਂ। ਜਿਸ ਤਰ੍ਹਾਂ ਕਿ ਅਸੀਂ ਗੱਲ ਕਰਦੇ ਸੀ ਪਹਿਲਾਂ ਵੀ ਕਿ ਭਾਰਤ ਦੇਸ਼ ਤੋਂ ਸਾਡੇ ਕੋਲ ਡਾਕਟਰ ਕੌਸ਼ਲ ਪਰਮਾਰ ਜੀ ਪਹੁੰਚੇ ਹੋਏ ਹਨ ਦਿੱਲੀ ਯੂਨੀਵਰਸਿਟੀ 'ਚੋਂ, ਜੋ ਅਸਿਸਟੈਂਟ ਪ੍ਰੋਫੈਸਰ ਦੀ ਜੋਬ ਦੇ ਉੱਤੇ ਕੰਮ ਕਰਦੇ ਹਨ। ਉਹ ਰਾਹੇ ਵਿਗਾਹੇ ਭਾਰਤ ਦੇਸ਼ ਤੋਂ ਜਿੱਥੇ ਵੀ ਜਿਹੜੀ ਵੀ ਕੰਟਰੀ ਦੇ ਵਿੱਚ ਜਾਂਦੇ, ਚਾਹੇ ਅਮਰੀਕਾ ਜਾਂਦੇ, ਕਨੇਡਾ ਜਾਂਦੇ, ਸਪੇਨ ਜਾਂਦੇ ਆ, ਸਵਿਟਜ਼ਰਲੈਂਡ ਗਏ, ਪੈਰਿਸ ਦੇ ਵਿੱਚ ਗਏ ਹਨ, ਅਤੇ ਉਹਨਾਂ ਦੀ ਅਗਲੀ ਤਿਆਰੀ ਜਿਹੜੀ, ਉਹ ਜਪਾਨ ਵੀ ਜਾ ਚੁੱਕੇ ਹਨ, ਟੋਕੀਓ ਵੀ ਜਾ ਚੁੱਕੇ ਹਨ, ਅਤੇ ਲੇਕਿਨ ਉਹ ਕਿਸ ਲਈ ਜਾਂਦੇ ਹਨ? ਉਹ ਆਪਣੇ ਮਫਾਦ ਲਈ ਨਹੀਂ ਜਾਂਦੇ, ਉਹ ਸਮਾਜ ਦੇ ਹਿੱਤ ਲਈ ਜਾਂਦੇ ਹਨ। ਜੋ ਬਾਬਾ ਸਾਹਿਬ ਨੇ ਸਾਨੂੰ ਅਧਿਕਾਰ ਲੈ ਕੇ ਦਿੱਤੇ ਹਨ, ਉਹਨਾਂ ਦੀ ਜਾਗਰਤੀ ਲਈ ਉਹ ਆਪਣੇ ਜਿਹੜੀਆਂ ਯੂਨੀਵਰਸਿਟੀਆਂ, ਉਹਨਾਂ ਨੂੰ ਆਪਣੇ ਲੈਕਚਰ ਦੇ ਲਈ ਬੁਲਾਉਂਦੀਆਂ ਹਨ। ਜਿਸ ਤਰ੍ਹਾਂ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਪਿਛਲੇ ਹਫ਼ਤੇ ਇਹਨਾਂ ਨੂੰ ਬੁਲਾਇਆ ਗਿਆ, ਉੱਥੇ ਵੀ ਇਹਨੇ ਹਿੰਦੂ ਕੋਡ ਬੈਲ ਦੇ ਉੱਤੇ ਆਪਣਾ ਜਿਹੜਾ ਭਾਸ਼ਣ ਦਿੱਤਾ, ਜਿਹੜਾ ਕਿ ਉਹ ਤੁਹਾਨੂੰ ਸਾਰੇ ਚੈਨਲ ਦੇ ਉੱਤੇ ਮਿਲ ਸਕਦਾ ਹੈ, ਸੋਸ਼ਲ ਮੀਡੀਆ 'ਤੇ ਮਿਲ ਸਕਦਾ ਹੈ। ਤੁਸੀਂ ਉਸ ਦੇ ਨਾਲ, ਉਹਨਾਂ ਨਾਲ ਵੀ ਆਪ ਵੀ ਰਾਬਤਾ ਕਾਇਮ ਕਰ ਸਕਦੇ ਹੋ, ਕਿਉਂਕਿ ਉਹਨਾਂ ਦਾ ਫੇਸਬੁੱਕ ਜਾਂ ਯੂਟਿਊਬ ਦੇ ਉੱਤੇ ਵੀ ਉਹਨਾਂ ਦਾ ਨੰਬਰ ਹੈਗਾ ਹੈ। ਅਤੇ ਅਸੀਂ ਉਹਨਾਂ ਵੱਲ ਫਿਰ ਚੱਲਦੇ ਹਾਂ ਕਿ ਉਹ ਉਹਨਾਂ ਨੇ ਭਾਰਤ ਦੇਸ਼ ਦੇ ਵਿੱਚ ਜੋ ਵੀ ਦੇਖਿਆ ਜਾਂ ਸਾਡੇ ਸਮਾਜ ਨਾਲ ਹੋ ਰਿਹਾ ਜਾਂ ਸਾਡੇ ਸਮਾਜ ਨੂੰ ਅੱਗੇ ਵਧਣ ਦੇ ਲਈ ਕੀ ਕੰਮ ਕਰਨੇ ਚਾਹੀਦੇ ਆ। ਹਾਂਜੀ ਕੌਸ਼ਲ ਜੀ, ਦੇਖੀਏ, ਮੈਂ ਇੱਕ ਮਹਿਲਾ ਹੋਣੇ ਕੇ ਨਾਤੇ ਅੱਜ ਸਭਸੇ ਪਹਿਲੇ ਆਪਕੇ ਦਰਸ਼ਕੋਂ ਕੋ ਔਰ ਸੁਣ ਰਹੇ ਸਭੀ ਸਾਥੀਓਂ ਕੋ ਜੈ ਭੀਮ ਕੇ ਸਾਥ, ਆਜ ਕੇ ਦਿਨ ਫੂਲਨ ਦੇਵੀ ਕੋ ਸ਼ਹਾਦਤ ਮਿਲੀ ਥੀ, ਉਨਕੇ ਸ਼ਹਾਦਤ ਕੋ ਨਮਨ ਕਰਤੀ ਹੂੰ ਜੀ। ਉਹ ਨਾ ਸਿਰਫ ਇੱਕ ਸ਼ਹਾਦਤ ਇਸ ਰੂਪ ਮੇ ਹੈ ਕਿ ਉਨਕੋ ਮਾਰਾ ਗਿਆ ਥਾ, ਬਲਕਿ ਇਸ ਰੂਪ ਮੇ ਕਿ ਉਹਨਾਂ ਅਨਿਆਯ ਕੇ ਖਿਲਾਫ ਲੜੀ ਥੀ। ਸ਼ੋਸ਼ਣ ਜੋ ਕੀਆ ਜਾ ਰਹਾ ਥਾ ਉਸ ਸਮਾਜ ਕੇ ਉੱਪਰ ਜਾਂ ਉਸਕੇ ਉੱਪਰ ਜੋ ਕੀਆ ਗਿਆ ਥਾ, ਉਸਕਾ ਉਹਨੇ ਜ਼ੋਰਦਾਰ ਤਰੀਕੇ ਸੇ ਮੁਕਾਬਲਾ ਕੀਆ। ਹਾਲਾਂਕਿ ਹਿੰਸਾ ਕਾ ਮੈਂ ਸਮਰਥਨ ਨਹੀਂ ਕਰਤੀ, ਲੇਕਿਨ ਕਿਉਂਕਿ ਉਨਕੀ ਸ਼ਹਾਦਤ ਮਿਲੀ ਔਰ ਉਹਨਾਂ ਨੇ ਉਸ ਅਨਿਆਯ ਕਾ ਸ਼ੋਸ਼ਣ ਕਾ ਵਿਰੋਧ ਕਰਨੇ ਕੇ ਲੀਏ ਆਪਣਾ ਸਵਾਭਿਮਾਨ ਬਣਾਏ ਰੱਖਾ, ਉਨਕੀ ਸ਼ਹਾਦਤ ਕੋ ਨਮਨ। ਦੂਸਰਾ, ਆਜ ਜਿਸ ਤਰੀਕੇ ਕੀ ਸਥਿਤੀਆਂ ਹਮਾਰੇ ਸਾਹਮਣੇ ਹੈ, ਉਸ ਸਿਨੈਰੀਓ ਮੇ ਇੱਕ ਮਹੱਤਵਪੂਰਨ ਚੀਜ਼ ਇਹ ਨਿਕਲ ਕੇ ਆਤੀ ਹੈ ਕਿ ਆਪਕੇ ਆਈਡਲ ਕੌਣ ਹੈ, ਆਪਕੇ ਆਦਰਸ਼ ਕੌਣ ਹੈ। ਹਮਾਰੇ ਸਾਥ ਹਮਾਰੇ ਜਿਤਨੀ ਗੁਰੂਓਂ ਕੀ ਪਰੰਪਰਾ ਹੈ, ਹਮਾਰੇ ਸਾਥ ਜਿਤਨੀ ਸਾਧੂ ਸੰਤੋਂ ਕੀ ਹਮਾਰੀ ਪਰੰਪਰਾ ਹੈ, ਲੋਕਾਇਆ ਚਰਵਾਕ ਬੁੱਧ ਸੇ ਲੈ ਕੇ ਜੈਨ ਔਰ ਗੁਰੂ ਰਵਿਦਾਸ ਵਾਲਮੀਕੀ ਕੀ ਪਰੰਪਰਾ ਵੀ ਕਹਿ ਸਕਤੇ ਹੈ, ਪਰ ਤਮਾਮ ਹਮਾਰੀ ਜੋ ਪਰੰਪਰਾ ਹੈ, ਉਹਨਾਂ ਨੇ ਜੋ ਜੋ ਕੰਮ ਕੀਆ, ਉਨਕੋ ਉਨਕਾ ਕਾਮ ਜੋ ਥਾ ਵੋ ਸਮਾਜ ਕੇ ਨਿਰਮਾਣ ਕਰਨੇ ਕੇ ਲੀਏ ਥਾ, ਉਹਨਾਂ ਨੇ ਉਸਕੇ ਲੀਏ ਬਹੁਤ ਸਾਰੀ ਕੁਰਬਾਨੀਆਂ ਦੀ ਹੈ। ਔਰ ਯਹੀ ਵਜ੍ਹਾ ਕਿ ਅੱਜ ਹਮ ਭਾਰਤ ਸੇ ਬਾਹਰ ਵੀ ਆਪਣੀ ਬਾਤ ਕੋ ਇਤਨੇ ਖੁੱਲ੍ਹੇ ਦਿਲ ਸੇ ਕਹਿ ਸਕਤੇ ਹੈ, ਆਪਣੇ ਵਿਚਾਰੋਂ ਕੋ ਫੈਲਾਵ ਕਰ ਸਕਤੇ ਹੈ, ਵੋ ਚਾਹੇ ਸੋਸ਼ਲ ਮੀਡੀਆ ਹੋ, ਚਾਹੇ ਯੂਟਿਊਬ ਚੈਨਲ ਹੋ, ਜਾਂ ਫਿਰ ਟੀਵੀ ਹੋ, ਮੇਨ ਸਟ੍ਰੀਮ ਕਾ ਮੀਡੀਆ ਭਲੇ ਹੀ ਹੋ। ਹਾਂ, ਦੇਖੀਏ, ਇੱਕ ਬਾਤ ਜ਼ਰੂਰ ਮਹੱਤਵਪੂਰਨ ਹੈ ਕਿ ਹਮ ਕਿਸੀ ਕੇ ਖਿਲਾਫ਼ ਹਮ ਨਹੀਂ ਬਾਤ ਕਰ ਰਹੇ, ਹਮ ਸਿਰਫ ਆਪਣੀ ਬਾਤ ਕਰ ਰਹੇ ਹੈ। ਅਗਰ ਆਪਕੋ ਲਗਤਾ ਹੈ ਕਿ ਵੋ ਆਪਕੇ ਖਿਲਾਫ਼ ਜਾ ਰਹੀ ਹੈ, ਯੇ ਆਪਕੀ ਪ੍ਰੋਬਲਮ ਹੈ, ਵੋ ਹਮਾਰੀ ਪ੍ਰੋਬਲਮ ਨਹੀਂ ਹੈ। ਹਮਾਰੀ ਪ੍ਰੋਬਲਮ ਹੈ ਕਿ ਹਮ ਆਪਣੀ ਬਾਤ ਕਹੇਂ, ਚਾਹੇ ਵੋ ਵਿਦੇਸ਼ ਕੇ ਚੈਨਲ ਪੇ ਬੈਠ ਕੇ ਕਹੇ, ਭਾਰਤ ਕੇ ਮੀਡੀਆ ਕੇ ਸਾਹਮਣੇ ਬੈਠ ਕੇ ਕਹੇ, ਔਰ ਸੋਸ਼ਲ ਮੀਡੀਆ ਅੱਜ ਪੈਰਲਲ ਮੇ ਕਾਮ ਕਰ ਰਿਹਾ ਹੈ, ਜਿਸਕੇ ਮਾਧਿਅਮ ਸੇ ਹਮ ਬਹੁਤ ਸਾਰੀ ਚੀਜ਼ੋਂ ਕੀ ਜਾਣਕਾਰੀ ਹਾਸਿਲ ਕਰ ਸਕਤੇ ਹੈ, ਯਹਾਂ ਬੈਠੇ ਹੋਏ ਵੀ ਹਮ ਬਹੁਤ ਸਾਰੀ ਚੀਜ਼ੋਂ ਕੀ ਜਾਣਕਾਰੀ ਲੈ ਰਹੇ ਹੈ। ਤੋ ਮੈਂ ਬਸ ਇਤਨਾ ਹੀ ਕਹਿਣਾ ਚਾਹ ਰਹੀ ਹੂੰ ਕਿ ਹਮਾਰੇ ਸਮਾਜ ਕੋ ਆਗੇ ਬੜਨੇ ਕੇ ਲੀਏ ਉਸ ਸੋਚ ਕੋ ਆਗੇ ਬੜਾਨਾ ਹੈ, ਜਹਾਂ ਪੇ ਸਮਾਜ ਕੋ ਛੋੜਾ ਗਿਆ ਥਾ ਹਮਾਰੇ ਗੁਰੂਓਂ ਨੇ, ਹਮਾਰੀ ਪੂਰੀ ਸੰਤ ਪਰੰਪਰਾ ਨੇ, ਹਮਾਰੇ ਜਿਨ੍ਹਾਂ ਨੇ ਸਾਵਿਤਰੀ ਬਾਈ ਫੂਲੇ ਜੈਸੀ ਮਹਿਲਾਏ, ਜਿਨ੍ਹਾਂ ਨੇ ਇਸ ਸਮਾਜ ਕੀ ਬਿਹਤਰੀ ਕੇ ਲੀਏ, ਮਹਿਲਾਓਂ ਕੇ ਕਲਿਆਣ ਕੇ ਲੀਏ, ਪੂਰੇ ਬਹੁਜਨ ਸਮਾਜ ਕੇ ਕਲਿਆਣ ਕੇ ਲੀਏ, ਇੱਕ ਐਸੀ ਜਗ੍ਹਾ ਪੇ ਛੋੜ ਕੇ ਗਏ ਕਿ ਉਹ ਆਗੇ ਬੜਨੇ ਕਾ ਰਾਸਤਾ ਉਂਗਲੀ ਪਕੜ ਕੇ ਚਲਾਨੇ ਤੱਕ ਹਮੇ ਛੋੜ ਕੇ ਗਏ। ਅਬ ਹਮ ਦੌੜੇ ਕੈਸੇ, ਯੇ ਹਮਾਰੇ ਉੱਪਰ ਨਿਰਭਰ ਕਰਤਾ ਹੈ। ਯਹੀ ਹਮਾਰਾ ਸਭਸੇ ਬੜਾ ਇੱਕ ਸੰਦੇਸ਼ ਹੈ ਕਿ ਆਪ ਕਿਆ ਵਹੀਂ ਪੀਛੇ ਜਾ ਕਰ ਆਪਣੀ ਬਾਤ ਕਰਨਾ ਚਾਹਤੇ ਹੈ, ਯਾ ਆਗੇ ਦੋ ਕਦਮ ਹੋਰ ਬੜ ਕੇ ਬਾਤ ਕਰਨਾ ਚਾਹ ਰਹੇ ਹੈ। ਤੋ ਬਸ ਮੈਂ ਇਤਨਾ ਹੀ ਕਹਿਣਾ ਚਾਹ ਰਹੀ ਹੂੰ ਕਿ ਯੇ ਇਸ ਤਰੀਕੇ ਸੇ ਯੂਨੀਵਰਸਿਟੀਜ਼ ਕੇ ਬੀਚ ਮੇ ਜਾਣਾ ਇੱਕ ਮਾਧਿਅਮ ਹੈ ਹਮਾਰਾ ਆਪਣੀ ਬਾਤ ਕੋ ਕਹਿਣੇ ਕਾ। ਅੱਜ ਹਮੇ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਨੇ ਯੇ ਰਾਈਟ ਦਿਆ ਹੈ ਕਿ ਹਮ ਦੁਨੀਆ ਕੇ ਕਿਸੀ ਵੀ ਯੂਨੀਵਰਸਿਟੀ ਮੇ ਜਾ ਕੇ ਆਪਣੀ ਬਾਤ ਕਹਿ ਸਕਤੇ ਹੈ। ਧੰਨਵਾਦ ਜੀ ਤੁਹਾਡਾ, ਅਤੇ ਜਿਸ ਤਰ੍ਹਾਂ ਕੌਸ਼ਲ ਜੀ ਨੇ, ਹੈਲੋ ਜੈਗਦੇਵ ਜੀ, ਹੈਲੋ ਜੈਗਦੇਵ ਜੀ, ਹੈਲੋ ਜੈ ਗੁਰਦੇਵ ਜੀ, ਕਲੇਰ ਸਾਹਿਬ, ਜੈ ਗੁਰਦੇਵ, ਜੈ ਭੀਮ, ਜੈ ਵਾਲਮੀਕੀ ਜੀ, ਰਵੀ ਬੋਲਦਾ, ਰਵੀ ਚਾਵਲਾ। ਹਾਂਜੀ ਰਵੀ ਚਾਵਲਾ ਜੀ, ਕੀ ਕਹਿਣਾ ਚਾਹੁੰਦੇ ਹੋ? ਉਹ ਜੀ ਮੈਂ ਜੀ ਸਭ ਤੋਂ ਪਹਿਲਾਂ ਕੌਂਸਲ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ, ਜਿਨ੍ਹਾਂ ਨੇ ਆਜ਼ਾਦ ਟੀਵੀ ਤੇ ਆਣ ਕੇ ਇੰਨੀਆਂ ਵਧੀਆ ਵਧੀਆ ਗੱਲਾਂ ਕੀਤੀਆਂ ਜੀ, ਕਿਉਂਕਿ ਸਾਡੀ ਕੌਮ ਨੂੰ ਲੇਡੀਜ਼ ਦੀ ਕਾਫੀ ਦੇਣ ਆ। ਜਿਸ ਤਰ੍ਹਾਂ ਹੁਣ ਇਹਨਾਂ ਨੇ ਹਿਮਾ ਦਾਸ ਦੀ ਤੁਸੀਂ ਗੱਲ ਕੀਤੀ ਆ, ਉਸ ਬੱਚੀ ਨੇ ਕਿੰਨਾ ਸੋਹਣਾ ਸਾਡੀ ਕੌਮ ਦਾ, ਸਾਡੇ ਦੇਸ਼ ਦਾ ਨਾਂ ਰੋਸ਼ਨ ਕੀਤਾ। ਸੋਸ਼ਲ ਮੀਡੀਆ ਤੇ ਵੀ ਆਜ਼ਾਦ ਟੀਵੀ ਵੱਲੋਂ ਕਾਫੀ ਉਹਨਾਂ ਦੀ ਚਰਚਾ ਕੀਤੀ ਗਈ ਆ, ਔਰ ਆਜ਼ਾਦ ਟੀਵੀ ਤੇ ਵੀ, ਅੱਜ ਸੋਸ਼ਲ ਮੀਡੀਆ ਤੇ ਤਾਂ ਕੀਤੀ ਆ, ਆਜ਼ਾਦ ਟੀਵੀ ਤੇ ਵੀ ਉਹਨਾਂ ਦੀ ਕਾਫੀ ਪ੍ਰਸ਼ੰਸਾ ਕੀਤੀ ਗਈ ਆ। ਬੜਾ ਧੰਨਵਾਦੀ ਆ ਆਪ ਜੀ ਦਾ, ਅਤੇ ਨਾਲ ਚੌਹਾਨ ਸਾਹਿਬ ਬੈਠੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਨੂੰ ਵੀ, ਜੋ ਕਿ ਹਰੇਕ ਵੀਰਵਾਰ ਆਣ ਕੇ ਆਪਣਾ ਪ੍ਰੋਗਰਾਮ ਤੁਹਾਡੇ ਨਾਲ ਕਰਦੇ ਆ।
ਬਾਕੀ ਇੱਕ ਜਿਹੜਾ ਤੀਆਂ ਦਾ ਮੇਲਾ ਕਹਿੰਦੇ, ਤੀਆਂ ਦਾ ਮੇਲਾ ਮੈਨਰ ਪਾਰਕ ਈਸਟ ਟੈਮ ਲੰਡਨ ਵਿਖੇ ਸਿਰਫ ਓਨਲੀ ਲੇਡੀਜ਼ ਦਾ ਇਹ ਮੇਲਾ ਹੋ ਰਿਹਾ। ਜੇ ਕਿਸੇ ਲੇਡੀ ਨੂੰ ਕੁਛ ਵੀ ਕਿਸੇ ਇਨਫੋਰਮੇਸ਼ਨ ਹੋਵੇ ਚਾਹੀਦੀ, ਉਹ ਤੁਹਾਨੂੰ ਵੀ ਫੋਨ ਕਰਕੇ ਜਾਂ ਮੈਨੂੰ ਫੋਨ ਕਰਕੇ ਰਵੀ ਚਾਵਲਾ ਨੂੰ ਇਸ ਇਨਫੋਰਮੇਸ਼ਨ ਲੈ ਸਕਦਾ। ਦਲਿਤ ਪਰਿਵਾਰ ਦੇ ਵਿੱਚੋਂ ਇੱਕ ਪੈਦਾ ਹੋਈ ਲੜਕੀ ਨੂੰ ਉਸਦੇ ਠਾਕਰਾਂ ਨੇ, ਉਸਦੇ ਮਹੱਲੇ ਦੇ ਠਾਕਰਾਂ ਨੇ ਉਸਨੇ ਰੇਪ ਕੀਤਾ ਸੀ, ਉਸਨੇ ਬਦਲਾ ਲੈਣ ਲਈ ਆਪਣੇ ਖੂਹ ਦੇ ਵਿੱਚ ਛਾਲ ਨਹੀਂ ਮਾਰੀ, ਆਪਣੇ ਆਪ ਨੂੰ ਫਾਹੇ ਨਹੀਂ ਲਾਇਆ, ਉਸਨੇ ਗੱਡੀ ਦੇ ਅੱਗੇ ਆ ਕੇ ਛਾਲ ਮਾਰ ਕੇ ਆਪਣੇ ਆਪ ਨੂੰ ਮੁਕਾਇਆ ਨਹੀਂ, ਉਸਨੇ ਆਪਣੇ ਮਾਂ ਬਾਪ ਦੀ ਇੱਜ਼ਤ ਨੂੰ ਬਚਾਉਣ ਦੇ ਲਈ ਉਸਨੇ ਆਪਣਾ ਉਹ ਹਥਿਆਰ ਚੁੱਕਿਆ ਜੋ ਉਸਦਾ ਹੱਕ ਬਣਦਾ ਸੀ, ਰਾਈਟ ਬਣਦਾ ਸੀ। ਬਾਬਾ ਸਾਹਿਬ ਨੇ ਵੀ ਕਿਹਾ ਹੈ ਕਿ ਜੇ ਤੁਸੀਂ ਕਿਸੇ ਦਾ ਜ਼ੁਲਮ ਕਰਨ ਵਾਲੇ ਨਾਲੋਂ ਜ਼ੁਲਮ ਸਹਿਣੇ ਵਾਲਾ ਜ਼ਿਆਦਾ ਗੁਨਾਹਗਾਰ ਹੁੰਦਾ ਹੈ। ਬਾਬਾ ਸਾਹਿਬ ਦੀ ਇਹ ਦੇਣ ਹੈ, ਜੇ ਲੇਡੀ ਅੱਜ ਸਾਡੇ ਵਿੱਚ ਸਾਡੇ ਬਰਾਬਰ ਖੜੀ ਹੋਈ ਆ ਤਾਂ ਉਹ ਬਾਬਾ ਸਾਹਿਬ ਦੀ ਦੇਣ ਹੈ, ਸਾਡੇ ਗੁਰੂਆਂ ਪੀਰਾਂ ਪੈਗੰਬਰਾਂ ਦੀ ਦੇਣ ਹੈ। ਨਹੀਂ ਤਾਂ ਲੇਡੀ ਨੂੰ ਪੈਰ ਦੀ ਜੁੱਤੀ ਕਿਹਾ ਜਾਂਦਾ, ਧਰਮ ਸ਼ਾਸਤਰਾਂ ਦੇ ਵਿੱਚ ਤੁਸੀਂ ਪੜ੍ਹਦੇ ਹੋ ਕਿ ਲੇਡੀ ਨੂੰ ਪੈਰ ਦੀ ਜੁੱਤੀ ਕਿਹਾ ਜਾਂਦਾ ਸੀ, ਲੇਕਿਨ ਬਾਬਾ ਸਾਹਿਬ ਤੋਂ ਬਾਅਦ ਸਾਡੇ ਗੁਰੂਆਂ ਪੀਰਾਂ ਪੈਗੰਬਰਾਂ ਦੀ ਬਾਣੀ ਤੋਂ ਬਾਅਦ ਇਹ ਪਤਾ ਲੱਗ ਗਿਆ ਕਿ ਲੇਡੀ ਇੱਕ ਜਨਨੀ ਹੈ, ਲੇਡੀ ਹੀ ਇੱਕ ਰਾਜੇ ਮਹਾਰਾਜਿਆਂ ਨੂੰ ਜਨਮ ਦਿੰਦੀ ਹੈ, ਇੱਕ ਲੇਡੀ ਨੇ ਹੀ ਬਾਬਾ ਸਾਹਿਬ ਨੂੰ ਜਨਮ ਦਿੱਤਾ ਸੀ। ਅੱਜ ਉਹ ਲੇਡੀ, ਚਾਹੇ ਉਹ ਕੌਸ਼ਲ ਜੀ ਹੋਵੇ, ਚਾਹੇ ਸਾਡੀ ਭੈਣ ਮਾਂ ਬਾਪ ਹੋਵੇ, ਕੋਈ ਵੀ ਬੱਚੀ ਹੋਵੇ, ਉਹ ਕਿਸੇ ਵੀ ਨੂੰ ਵੀ ਉਹ ਜਨਮ ਦੇ ਸਕਦੀ ਅੱਗੇ ਜਾ ਕੇ, ਉਸ ਦੇ ਵਿੱਚ ਉਹ ਪੀਰ ਪੈਗੰਬਰ ਜਾਂ ਸਾਡੇ ਲੀਡਰ ਵੀ ਪੈਦਾ ਹੋ ਸਕਦੇ ਹਨ। ਅਤੇ ਜਿਸ ਮਾਂ ਨੇ ਅੱਜ ਹਿਮਾ ਦਾਸ ਨੂੰ ਜਨਮ ਦਿੱਤਾ ਅਤੇ ਅੱਜ ਵੀ ਉਹ ਬੱਚੀ ਜਿਹੜੀ ਅੱਛੇ ਗੋਲਡ ਮੈਡਲ ਲੈ ਚੁੱਕੀ ਹੈ, ਅਤੇ ਸਾਡੇ ਕੋਲ ਡਾਕਟਰ ਕੌਸ਼ਲ ਜੀ ਬੈਠੇ ਹਨ ਜੋ ਦਿੱਲੀ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਹਨ, ਜਿਨ੍ਹਾਂ ਨੇ ਦੁਨੀਆ ਦੀ ਯੂਨੀਵਰਸਿਟੀਆਂ ਦੇ ਵਿੱਚ ਚੱਕਰ ਲਗਾਏ ਹਨ, ਇਹ ਵੀ ਉਹਨਾਂ ਤੋਂ ਕੋਈ ਘੱਟ ਨਹੀਂ ਹੈ। ਇਸ ਇਹਨਾਂ ਦੀ ਮਾਂ ਨੂੰ ਵੀ ਸਲਾਮ ਹੈ, ਸਲੂਟ ਹੈ। ਸਾਡੇ ਵਿੱਚ ਉਹ ਅੱਜ ਜ਼ਿੰਦਾ ਨਹੀਂ ਹਨ, ਲੇਕਿਨ ਇਹ ਸਾਡੇ ਕੋਲ ਬੈਠੇ ਹਨ ਤਾਂ ਉਹ ਸਾਡੇ ਸਾਹਮਣੇ ਹੀ ਹਨ, ਕਿਉਂਕਿ ਉਹਨਾਂ ਨੇ ਇਹਨਾਂ ਦੀ ਪਰਵਰਿਸ਼ ਇਸ ਤਰ੍ਹਾਂ ਕੀਤੀ ਹੈ ਕਿ ਇਹਨਾਂ ਨੂੰ ਵਿੱਦਿਆ ਦੇ ਵਿੱਚ ਅੱਗੇ ਲਗਾਏ, ਇਹਨਾਂ ਦੇ ਪਿਤਾ ਜੀ ਜਾਂ ਚਾਚਾ ਜੀ ਇਹਨਾਂ ਦੇ ਨਾਲ ਰਹੇ ਔਰ ਇਹਨਾਂ ਦੇ ਪਰਿਵਾਰ ਨੇ ਇਹਨਾਂ ਨੂੰ ਅੱਜ ਇਹ ਜੇ ਇਸ ਮੁਕਾਮ ਦੇ ਉੱਤੇ ਹੈ ਅਤੇ ਇਹਨਾਂ ਦੀ ਮਦਰ, ਇਹਨਾਂ ਦੇ ਪਰਿਵਾਰ, ਉਹਨਾਂ ਦੇ ਦੇਣ ਹੈ ਅਤੇ ਸਭ ਤੋਂ ਵੱਡੀ ਦੇਣ ਹੈ ਸਾਡੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੀ। ਚੌਹਾਨ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਅੱਜ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਜੀ ਤੁਹਾਨੂੰ ਪਤਾ ਵੀ ਅੱਜ ਇਹਨਾਂ ਕੰਟਰੀਆਂ ਦੇ ਵਿੱਚ ਵੂਮਨ ਇੰਪਾਵਰਮੈਂਟ ਦੀ ਗੱਲ ਚੱਲ ਰਹੀ ਆ ਜੀ। ਇੱਥੇ ਦੇ ਲੋਕਲ ਹਾਈ ਕਮਿਸ਼ਨ ਵੀ ਉੱਦਾਂ ਵੀ ਗਹਿਰੇ ਦਰਬਾਰੇ, ਕਿਉਂਕਿ ਤਾਂ ਸਰਕਾਰਾਂ ਵੀ ਚਾਹੁੰਦੀਆਂ ਕਿ ਜਿਹੜੀ ਕਿ ਪਰਸੈਂਟੇਜ ਜਿਹੜੀ ਲੇਡੀਜ਼ ਦੀ, ਚਾਹੇ ਕੋਈ ਕੌਂਸਲਰ ਹੈ ਚਾਹੇ ਕੋਈ ਪਾਰਲੀਮੈਂਟ ਹੈ, ਉੱਥੇ ਉਹਨਾਂ ਨੂੰ ਇੱਕ ਵਧੀਆ ਦਰਜਾ ਦਿੱਤਾ ਜਾ ਰਿਹਾ, ਕਿਉਂਕਿ ਅਸੀਂ ਔਰਤ ਨੂੰ ਛੱਡ ਕੇ ਚੱਲ ਨਹੀਂ ਸਕਦੇ। ਜਿੱਥੇ ਤੱਕ ਫੂਲਾ ਦੀ ਗੱਲ ਹੋਈ, ਉਹਨੇ ਇੱਕ ਉਸ ਵੇਲੇ ਉਹ ਇੱਕ ਚੈਲੰਜ ਕੀਤਾ ਸੀ, ਜੋ ਸਮਾਜ ਦੇ ਵਿੱਚ ਵਧੀਕੀਆਂ ਹੋਈਆਂ ਉਹਨੂੰ ਚੈਲੰਜ ਕਰਕੇ ਆਪਣੇ ਗੱਠਸ ਦਿਖਾਲੇ, ਗੱਠ ਦਿਖਾਲ ਕੇ ਉਹਨੂੰ ਬਾਅਦ ਦੇ ਵਿੱਚ ਉਹ ਇੱਕ ਚੈਲੰਜ ਕਰਕੇ ਇਹ ਕੰਮ ਕੀਤਾ। ਅੱਜ ਅਸੀਂ ਉਸ ਚੀਜ਼ ਤੋਂ ਸਿੱਖਣਾ ਚਾਹੀਦਾ ਹੈ, ਅਸੀਂ ਸਿਰਫ ਬੁਜ਼ਦਲ ਹੋ ਕੇ, ਜੇ ਸਾਡੇ ਅੱਜ ਵੀ ਅੱਤਿਆਚਾਰ ਹੋ ਰਹੇ ਸਮਾਜ ਵਿੱਚ ਹੋ ਰਹੇ, ਇਹਦੇ ਕੋਈ ਸ਼ੱਕ ਨਹੀਂ ਜੀ, ਅਸੀਂ ਜੇ ਬੁਜ਼ਦਲ ਬਣ ਕੇ ਜੇ ਚੁੱਪ ਕਰਕੇ ਬੈਠ ਜਾਈਏ ਵੀ ਅਸੀਂ ਕੁਛ ਕਰ ਨਹੀਂ ਸਕਦੇ, ਫਿਰ ਅਸੀਂ ਫੇਲਰ ਹੈ ਸਾਡੀ, ਕਿਉਂਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ। ਜਿਹੜੇ ਕਿ ਅੱਜ ਦੀਆਂ ਸਰਕਾਰ ਦੀਆਂ ਨੀਤੀਆਂ ਸਾਫ਼ ਹੋਣੀਆਂ ਚਾਹੀਦੀਆਂ, ਜਿੱਥੇ ਵੀ ਅਸੀਂ ਚਾਹੁੰਦੇ ਹਾਂ ਨਾ ਵੂਮਨ ਇੰਪਾਵਰਮੈਂਟ ਹੈ, ਇਹ ਕਿਉਂ ਕੁਛ ਹੋ ਰਿਹਾ, ਜਿੱਥੇ ਵੀ ਲੋੜ ਹੈ, ਜਿੱਥੇ ਵੀ ਅਸੀਂ ਪ੍ਰਮੋਟ ਕਰਨਾ ਸਮਾਜ, ਚਾਹੇ ਦਲਿਤ ਸਮਾਜ ਹੈ ਚਾਹੇ ਕੋਈ ਵੀ ਸਮਾਜ ਹੈ, ਸਰਕਾਰਾਂ ਦੀਆਂ ਨੀਤੀਆਂ ਸਾਫ਼ ਹੋਣੀਆਂ ਚਾਹੀਦੀਆਂ। ਇਹਦਾ ਮਤਲਬ ਇਹ ਨਹੀਂ ਵੋਟਾਂ ਲੈ ਕੇ ਅਸੀਂ 5-7 ਸਾਲ ਕੱਢਣੇ ਆ, ਉਹਦੇ ਵਿੱਚ ਅਸੀਂ ਸਹੀ ਤੌਰ 'ਤੇ ਅਸੀਂ ਕਿਸ ਤਰੀਕੇ ਨਾਲ ਦੇਸ਼ ਨੂੰ ਲੀਡ ਕਰਨਾ ਹੈ, ਇਹ ਸਾਰੇ ਦੇਸ਼ ਦੀ ਵਧਾਈ ਹੈ। ਜਿੰਨਾ ਹੀ ਸਾਰੇ ਪਾਸੇ ਨੂੰ, ਸਾਰੇ ਸੈਕਟਰ ਨੂੰ, ਚਾਹੇ ਕੋਈ ਵੀ ਸਮਾਜ ਹੈ, ਸਾਰਿਆਂ ਨੂੰ ਇਕੁਐਲਿਟੀ ਦੇ ਨਾਲ ਅਸੀਂ ਅੱਗੇ ਲਿਆਵਾਂਗੇ, ਫਿਰ ਅਸੀਂ ਕੰਟਰੀ ਨੂੰ ਅੱਗੇ ਵਧੀਆ ਤਰੀਕੇ ਨਾਲ, ਡੈਮੋਕਰੈਟਿਕ ਤਰੀਕੇ ਦੇ ਨਾਲ ਅਸੀਂ ਕੰਟਰੀ ਨੂੰ ਲੀਡ ਦੇ ਸਕਦੇ ਹਾਂ। ਅਦਰਵਾਈਜ਼ 5 ਸਾਲ ਕੱਢਣੇ ਜਾਂ ਜ਼ੁਲਮ ਕਰਕੇ, ਅੱਤਿਆਚਾਰ ਕਰਕੇ, ਲਿੰਚਿੰਗ ਕਰਕੇ, ਜੇ ਕਰਕੇ, ਉਹਦੇ ਵਿੱਚ ਇੱਕ ਬਹੁਤ ਵਧੀਆ ਗੱਲ ਨਹੀਂ, ਅਸੀਂ ਇੱਕ ਭਾਰਤ ਦੇਸ਼ ਨੂੰ ਵਧੀਆ ਤਰੀਕੇ ਨਾਲ ਲੈ ਕੇ ਜਾਣਾ। ਹੈਲੋ ਜਗਦੇਵ ਜੀ। ਹੈਲੋ ਜਗਦੇਵ ਜੀ। ਹੈਲੋ ਜੈਗੁਰਦੇਵ। ਜੈਭੀਮ ਜੀ। ਜੈਭੀਮ ਵੀਰ ਜੀ, ਕੌਣ ਤੇ ਕਿੱਥੋਂ ਬੋਲ ਰਹੇ ਜੀ? ਮੈਂ ਪ੍ਰੇਮਾਨ ਫਰੋਮ ਲੰਡਨ ਤੋਂ ਬੋਲ ਰਿਹਾ। ਹਾਂਜੀ ਪ੍ਰੇਮਾਨ ਜੀ, ਲੰਡਨ ਵਾਲਿਓ, ਕੀ ਹਾਲ ਆ? ਹਾਂ ਠੀਕ ਠਾਕ ਆ, ਤੁਹਾਡਾ ਹਾਲ ਠੀਕ ਠਾਕ ਆ ਜੀ? ਪ੍ਰੋਗਰਾਮ ਤੁਸੀਂ ਮੁੱਦੇ ਪੈਸਾ ਲੈ ਕੇ ਬਹੁਤ ਅੱਛੇ ਆਉਂਦੇ ਹੋ, ਤੇ ਪਹਿਲਾਂ ਤੇ ਕੌਸ਼ਲ ਜੀ ਉਹਨਾਂ ਨੂੰ ਵਧਾਈਆਂ ਜਿਹੜੇ ਕਿ ਅਮਰੀਕਾ ਤੋਂ ਆਏ ਨੇ, ਇੰਡੀਆ ਤੋਂ ਆਏ ਨੇ, ਇੰਡੀਆ ਤੋਂ ਮਾਈ ਦਾ ਨਾਂ ਰੋਸ਼ਨ ਕਰਦੇ ਨੇ ਜੀ। ਥੈਂਕ ਯੂ ਸੋ ਮਚ ਸਰ। ਤੇ ਦੂਸਰੀ ਗੱਲ ਹੈ ਕਿ ਹਿਮਾ ਦਾਸ ਨੇ ਉਹਨਾਂ ਨੇ ਵੀ ਸਾਡੇ ਦੇਸ਼ ਦਾ, ਆਪਣੇ ਦੇਸ਼ ਦਾ ਵੀ, ਸਾਡੇ ਸਮਾਜ ਦਾ ਵੀ ਉੱਚਾ ਨਾਂ ਕੀਤਾ, ਜਿਹੜੇ ਕਿ ਇੱਦਾਂ ਦੀਆਂ ਸਾਡੀਆਂ ਬੇਟੀਆਂ ਨੇ ਨਾ, ਇਹਨਾਂ ਨੂੰ ਸਲੂਟ ਆ, ਜਿਹੜੇ ਸਾਡੇ ਸਮਾਜ ਦਾ ਨਾਂ ਉੱਚਾ ਕਰਕੇ ਤੇ ਆਪਣੇ ਸਮਾਜ ਨੂੰ ਸੇਧ ਦਿੰਦੀਆਂ ਕਿ ਅਸੀਂ ਵੀ ਕਿਸੇ ਨਾਲੋਂ ਘੱਟ ਨਹੀਂ। ਤੇ ਦੂਸਰੀ
ਆਪਣੀ ਸ਼ਰਧਾਂਜਲੀ ਦਿੰਦਾ ਫੂਲਨ ਦੇਵੀ ਜੀ ਨੂੰ, ਜਿਨ੍ਹਾਂ ਨੇ ਆਪਣੇ ਜੋ ਉਹਨਾਂ ਦਾ ਉਹਨਾਂ ਨੇ ਆਪਣੇ ਜੋ ਉਹਨਾਂ ਦੇ ਨਾਲ ਹੋਇਆ ਸੀ ਉਹਦਾ ਬਦਲਾ ਲਿਆ, ਤਾਂ ਕਿ ਆਪਣੀਆਂ ਲੇਡੀਆਂ ਨੂੰ ਇਹ ਸਬਕ ਦੱਸਿਆ ਕਿ ਅਸੀਂ ਕਿਸੇ ਨਾਲ ਘੱਟ ਨੀ, ਅਗਰ ਅਸੀਂ ਕਿਸੇ ਨਾਲ ਸਾਡੇ ਨਾਲ ਕੋਈ ਜਾਂਚ ਨਹੀਂ ਕਰਦਾ, ਅਸੀਂ ਉਹਦਾ ਬਦਲਾ ਲੈਣ ਜਾਣਦੇ ਹਾਂ। ਤਾਂ ਇਸ ਕਰਕੇ ਮੈਂ ਜ਼ਿਆਦਾ ਤੁਹਾਡਾ ਟਾਈਮ ਨੀ ਲੈਂਦਾ। ਧੰਨਵਾਦ ਜੀ। ਇਹ ਬੋਲਾਮ ਦੱਸੋ ਉਦਣ ਅਸੀਂ ਤੁਸੀਂ। ਹਾਂਜੀ, ਧੰਨਵਾਦ ਜੀ, ਥੈਂਕ ਯੂ ਬਹੁਤ ਬਹੁਤ ਮਾਨ ਜੀ। ਅਤੇ ਇਹ ਸਨ ਸਾਡੇ ਪ੍ਰੇਮਾਨ ਜੀ ਲੰਡਨ ਤੋਂ, ਅਤੇ ਕੌਸ਼ਲ ਜੀ ਹੁਣਾਂ ਨੇ ਇੱਕ ਹੀ। ਹੈਲੋ ਜਗਦੇਵ ਜੀ। ਜੈ ਗੁਰੂਦੇਵ ਮਹਾਰਾਜ। ਹਾਂਜੀ ਵੀਰ ਜੀ, ਕੌਣ ਤੇ ਕਿੱਥੋਂ ਬੋਲ ਰਹੇ ਜੀ? ਜੈ ਵਾਲਮੀਕੀ। ਜੈ ਵਾਲਮੀਕੀ। ਮਨੋਹਰ ਲਾਲ ਤੀਜੀ ਬੋਲ ਰਿਹਾ। ਹਾਂਜੀ ਮਨੋਹਰ ਤੇਜੀ, ਹਾਂਜੀ, ਸਾਡੀ ਭੈਣ ਨੂੰ ਦੇਖ ਕੇ ਬੜੀ ਖੁਸ਼ੀ ਹੋ ਰਹੀ ਹੈ ਜੀ, ਜਿਸ ਦਿਨ ਪਹਿਲੀ ਵਾਰੀ ਅਮੀਰ ਖਾਨ ਦੇ ਸ਼ੋਅ ਦੇ ਵਿੱਚ ਆਏ ਜੀ, ਉਸ ਦਿਨ ਇਹਨਾਂ ਦੀ ਕਹਾਣੀ ਸੁਣ ਕੇ ਮੇਰੇ ਆਂਸੂ, ਮੇਰੇ ਪਰਿਵਾਰ ਦੇ ਆਂਸੂ, ਅਮੀਰ ਖਾਨ ਦੇ ਆਂਸੂ, ਜਿੰਨਿਆਂ ਨੇ ਸੁਣਿਆ ਸਭ ਦੇ ਆਂਸੂ ਵਗ ਰਹੇ ਸੀ। ਉਹ ਜੇ ਸਟੋਰੀ ਅੱਜ ਵੀ ਸੁਣੋ ਤੁਹਾਡੇ ਆਂਸੂ ਫੇਰ ਵੀ ਆਉਂਦੇ ਅੱਖਾਂ ਦੇ ਵਿੱਚ। ਅੱਛਾ, ਤੇ ਅਮੀਰ ਖਾਨ ਨੇ ਦੇਖੋ ਸਾਡੇ ਤੇ ਐਸੀ ਦਇਆ ਕੀਤੀ ਕਿ ਸਾਡਾ ਇੱਕ ਨਗ ਜਿਹੜਾ ਗੁਆਚਿਆ ਹੋਇਆ ਸੀ ਉਸ ਨੂੰ ਅੱਗੇ ਲਿਆ ਕੇ ਵੈਰੀ ਗੁੱਡ ਉਹਨਾਂ ਨੂੰ ਜਾਗਰਤ ਕਰ ਦਿੱਤਾ ਜੀ। ਤੇ ਸਾਡਾ ਦੇਖ ਲੋ ਅੱਜ ਭੈਣ ਦੇ ਰਾਹੀਂ ਕਿੰਨਾ ਫਾਇਦਾ ਹੋ ਰਿਹਾ ਜੀ, ਤੇ ਅਸੀਂ ਆਪਣੇ ਜਿਹੜੇ ਅਮੀਰ ਖਾਨ ਜੀ ਹਨ ਉਹਨਾਂ ਦਾ ਅਸੀਂ ਦਿਲੋਂ ਕਦਰ ਕਰਦੇ ਹਾਂ, ਕਿਉਂਕਿ ਏਦਾਂ ਦੇ ਸੂਰਮਾ ਕੋਈ ਕੋਈ ਉੱਠਦਾ ਹੈ ਜੀ, ਜਿਸਨੇ ਕਿ ਇੱਕ ਨਗ ਨੂੰ ਲਿਆ ਕੇ ਦੁਨੀਆਂ ਦੇ ਅੱਗੇ ਪੇਸ਼ ਕਰ ਦਿੱਤਾ ਜੀ ਜੀ। ਤੇ ਇਸ ਕਰਕੇ ਬਹਿਣ ਜੀ ਮੈਂ ਆਪਕਾ ਅਤੀ ਧੰਨਵਾਦੀ ਹੂੰ, ਆਪ ਬਿਲਕੁਲ ਜੋ ਕਰ ਰਹੇ ਹੋ ਉਸਕੇ ਸਾਥ ਹਮ ਬਿਲਕੁਲ ਸਹਿਮਤ ਹੈ, ਔਰ ਹਮ ਚਾਹਤੇ ਹੈ ਕਿ ਭਗਵਾਨ ਵਾਲਮੀਕੀ ਜੀ ਆਪਕੋ ਇਤਨੀ ਬਖਸ਼ਿਸ਼ ਦੇ ਚਮਕ ਦਿੰਦਾ ਆ ਤੇ ਦੁਨੀਆਂ ਦੇ ਵਿੱਚ। ਤੇ ਮੈਂ 21 ਤਰੀਕ ਦੀ ਯਾਦ ਕਰਵਾ ਦੇ, ਮੈਂ 21 ਤਰੀਕ ਨੂੰ ਜੋ ਪਿਛਲਾ ਐਤਵਾਰ ਗਿਆ ਆ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟੇਨ ਵਾਲਿਆਂ ਦੀ 50ਵੀਂ ਗੋਲਡਨ ਜੁਬਲੀ ਸੀਗੀ, ਉੱਥੇ ਕੌਸ਼ਲ ਜੀ ਹੁਣਾਂ ਨੂੰ ਵੀ ਸਪੈਸ਼ਲ ਸੱਦਾ ਗਿਆ ਸੀ, ਉਹਨਾਂ ਨੂੰ ਵੀ ਮਾਣ ਸਨਮਾਨ ਦਿੱਤਾ। ਕੌਸ਼ਲ ਜੀ ਤੁਹਾਨੂੰ ਕਿਸ ਤਰ੍ਹਾਂ ਲੱਗਾ ਉਸ ਦਿਨ? ਬਹੁਤ ਅੱਛਾ ਲੱਗਾ, ਮੈਂ ਬਿਲਕੁਲ ਮਤਲਬ ਪੂਰੀ ਕਮੇਟੀ ਕੋ ਸਭੀ ਜਿਨ੍ਹਾਂ ਨੇ ਇਤਨੇ ਭਵਿਆ ਪ੍ਰੋਗਰਾਮ ਕਾ ਆਯੋਜਿਤ ਕੀਆ, 50ਵੀਂ ਜੋ ਉਨਕੀ ਸਾਲਗਿਰਾ ਥੀ, ਮੈਂ ਬਹੁਤ ਬਹੁਤ ਆਭਾਰੀ ਹੂੰ। ਮੁਝੇ ਬਹੁਤ ਖੁਸ਼ੀ ਹੋਈ ਕਿ ਹਮਾਰੇ ਡਿਸਪੁਰਾ ਮੇਂ ਬੈਠੇ ਹੋਏ ਲੋਕ ਕਮ ਸੇ ਕਮ ਜੋ ਭਾਰਤ ਸੇ ਇੱਕ ਤਰ੍ਹਾਂ ਸੇ ਬਾਹਰ ਰਹਿਤੇ ਹੈ, ਉਹ ਭਾਰਤ ਸੇ ਹਰ ਆਨੇ ਵਾਲੇ ਵਿਅਕਤੀ ਕਾ ਇਤਨਾ ਧਿਆਨ ਰੱਖਤੇ ਹੈ, ਔਰ ਵਿਅਕਤੀਗਤ ਰੂਪ ਸੇ ਮੁਝੇ ਜਬ ਵਹਾਂ ਪਰ ਸਨਮਾਨਿਤ ਕੀਆ ਗਿਆ, ਤੋ ਮੇਰੇ ਪਾਸ ਉਸ ਪ੍ਰੋਗਰਾਮ ਮੇਂ ਜਿਸ ਤਰੀਕੇ ਸੇ ਉਹਨਾਂ ਨੇ ਮੁਝੇ ਪਿਆਰ ਦਿਆ, ਸਨੇਹ ਦਿਆ, ਆਸ਼ੀਰਵਾਦ ਦਿਆ, ਉਸਕੇ ਲੀਏ ਸ਼ਬਦ ਨਹੀਂ ਹੈ। ਫਿਰ ਵੀ ਮੈਂ ਇਹ ਕਹੂੰਗੀ ਕਿ ਮੈਂ ਪੂਰੀ ਕਮੇਟੀ ਕਾ ਬਹੁਤ ਤਹਿ ਦਿਲ ਸੇ ਸ਼ੁਕਰੀਆ ਅਦਾ ਕਰਤੀ ਹੂੰ। ਧੰਨਵਾਦ ਜੀ। ਇਹ ਤੇ ਕੌਸ਼ਲ ਜੀ ਉਹਨਾਂ ਨੇ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟੇਨ ਵਾਲਿਆਂ ਦਾ, ਸਾਰੀ ਹੀ ਕਮੇਟੀ ਦਾ ਧੰਨਵਾਦ ਕੀਤਾ ਆ, ਅਤੇ ਅਸੀਂ ਆਜ਼ਾਦ ਟੀਵੀ ਦੀ ਟੀਮ ਵੱਲੋਂ ਵੀ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਆਜ਼ਾਦ ਟੀਵੀ ਨੂੰ ਵੀ ਮਾਣ ਸਨਮਾਨ ਦਿੱਤਾ, ਟੋਨੀ ਬੰਗੜ ਜੀ, ਰਮੇਸ਼ ਕਲੇ, ਮੈਂ ਮਾਈਸੈਲਫ ਐਂਡ ਉੱਥੇ ਜਿੰਨੇ ਵੀ ਸਾਡੇ ਸਾਥੀ ਸੀ ਉਹ ਮਾਣ ਸਨਮਾਨ ਕੌਸ਼ਲ ਜੀ ਨੇ ਵੀ ਲਿਆ ਸਾਡੇ ਸਾਥ ਨਾਲ, ਕਿਉਂਕਿ ਇਹ ਵੀ ਸਾਡੇ ਭਾਰਤ ਦੇਸ਼ ਦੀ ਧਰਤੀ ਦੇ ਵਿੱਚੋਂ ਸਾਡੇ ਆਜ਼ਾਦ ਟੀਵੀ ਦੇ ਨੁਮਾਇੰਦੇ ਹਨ, ਚਾਹੇ ਉਹ ਰਾਹੇ ਵਗਾਹੇ ਸਾਡੇ ਕੋਲ ਆਉਂਦੇ ਹਨ ਜਾਂ ਨਹੀਂ ਆਉਂਦੇ ਹਨ ਜਾਂ ਸਾਡਾ ਪੇਪਰ ਵਰਕ ਕਰਦੇ ਹਨ, ਕਿਉਂਕਿ ਸਾਨੂੰ ਪੜ੍ਹੇ ਲਿਖੇ ਲੋਕਾਂ ਦੀ ਜ਼ਰੂਰਤ ਹੈ, ਪੜ੍ਹੇ ਲਿਖਾਂ ਦੀ ਸਾਡੇ ਵਿੱਚ ਘਾਟ ਹੈ, ਅਸੀਂ ਭਾਰਤ ਦੇਸ਼ ਦੀ ਧਰਤੀ ਤੋਂ ਇਹਨਾਂ ਨੂੰ ਐਕਸੈਪਟ ਕੀਤਾ ਹੈ, ਚੁਣਿਆ ਹੈ, ਅਤੇ ਉਮੀਦ ਕਰਦੇ ਹਾਂ ਕਿ ਸਾਡੇ ਨਾਲ ਇਹ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ। ਅਤੇ ਕੌਸ਼ਲ ਜੀ, ਜਿਸ ਤਰ੍ਹਾਂ ਕਿ ਤੁਸੀਂ ਅੱਜ ਕੌਲਾਂ ਵੀ ਸੁਣੀਆਂ ਆ, ਜੋ ਵੀ ਭੈਣ ਭਰਾ ਸਾਡਾ ਕੌਲ ਤੁਹਾਡੇ ਬਾਰੇ ਕਰਦਾ ਆ, ਉਹ ਇਹੀ ਕਹਿੰਦਾ ਕਿ ਇੱਕ ਲੇਡੀ ਜਿਹੜੀ ਆ ਉਹ ਮਰਦ ਨਾਲੋਂ ਘੱਟ ਨਹੀਂ, ਇਹ ਬਾਬਾ ਸਾਹਿਬ ਨੇ ਸੰਵਿਧਾਨ ਦੇ ਵਿੱਚ ਲਿਖ ਦਿੱਤਾ ਆ, ਅਤੇ ਫਿਰ ਵੀ ਤੁਸੀਂ ਜਿਹੜੀਆਂ ਸਾਡੀ ਲੇਡੀਜ਼ ਅੱਜ ਵੀ ਉਹ ਡਰਦੀਆਂ ਹਨ, ਜਾਂ ਮੇਰਾ ਪਤੀ ਕਹਿੰਦਾ ਬਾਹਰ ਨਹੀਂ ਜਾਣਾ, ਜਾਂ ਘੁੰਗਟ ਕੱਢ, ਜਾਂ ਜੁੱਤੀ ਆਹ ਨਹੀਂ ਪਾਉਣੀ, ਕੱਪੜਾ ਆਹ ਨਹੀਂ ਪਾਉਣਾ, ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੀਏ, ਦੁਨੀਆਂ ਕੇ ਇਤਿਹਾਸ ਕੋ, ਨਾ ਸਿਰਫ ਭਾਰਤ ਕਾ ਬਲਕਿ ਪੂਰੇ ਦੁਨੀਆਂ ਕੇ ਇਤਿਹਾਸ ਮੇਂ, ਜਬ ਜਬ ਆਪ ਝਾਂਕਤੇ ਹੈ, ਕਿਤਾਬੋਂ ਕੋ ਖੰਗਾਲਤੇ ਹੈ, ਜਾਂ ਪੂਰੇ ਮਤਲਬ ਐਨਾਲਾਈਜ਼ ਕਰਤੇ ਹੈ ਪੂਰੀ ਹਿਸਟਰੀ ਕੋ, ਵਹਾਂ ਕੋਈ ਵੀ ਕਿਸੀ ਵੀ ਤਰ੍ਹਾਂ ਕਾ ਸਮਾਜ ਰਹਾ ਹੈ। ਮੇਰੇ ਕੋਲ ਕਾਲ ਆਈ, ਲੈ ਲਈਏ, ਲੈ ਲੀਜੀਏ। ਹੈਲੋ ਜਗਦੇਵ ਜੀ। ਹੈਲੋ ਹੈਲੋ। ਹਾਂ ਜਗਦੇਵ ਜੀ, ਖਲੇ ਸਾਹਿਬ ਜੀ। ਜਗਦੇਵ ਜੀ ਕੌਣ ਤੇ ਕਿੱਥੋਂ ਬੋਲ ਰਹੇ? ਆਪਣੇ ਚਰਨਜੀਤ, ਆ ਚਰਨਜੀਤ ਕਮੈਂਟਰੀ ਵਾਲੇ। ਹਾਂਜੀ, ਆਪਣੇ ਜੋ ਡਾਕਟਰ ਆਏ ਹਨ ਇੰਡੀਆ ਤੋਂ ਉਹਨਾਂ ਨੂੰ ਵੈਲਕਮ ਕਰਦੇ ਹਾਂ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਆਪਣੇ ਦੇ ਹਿਮਾ ਦਾਸ ਨੂੰ ਵੀ ਉਹਨਾਂ ਨੂੰ ਵੀ ਵਧਾਈਆਂ ਦਿੰਦੇ ਹਾਂ ਜੀ, ਤੇ ਜਿੱਦਾਂ ਆਪਣੇ ਦੂਸਰੇ ਵੀ ਜੋ ਵੀ ਤੁਸੀਂ ਕਰ ਰਹੇ ਹੋ, ਕਿਉਂਕਿ ਡੇਲੀਆਂ ਨੂੰ ਲਿਆ ਕੇ ਤੁਸੀਂ ਹੈਗਾ ਸਾਰਿਆਂ ਦੇ ਸਾਹਮਣੇ ਰੱਖਿਆ ਹੈਗਾ, ਇਹ ਵੀ ਤੁਹਾਡੀ ਸੇਵਾ ਹੈਗੀ ਆ ਜੀ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਕਰਦੇ ਹਾਂ ਜਿੱਦਾਂ ਵੀ ਇਸ ਤਰ੍ਹਾਂ ਜੀ। ਕੀਪ ਅਪ ਦਾ ਗੁੱਡ ਵਰਕ,
ਥੈਂਕ ਯੂ ਸਰ। ਜੈਗਦੇਵ ਜੈ ਭੀਮ ਜੀ, ਇਹ ਸਨ ਚਰਨਜੀਤ ਕਮੈਂਟਰੀ ਤੋਂ। ਇਹ ਜਿਹੜੇ ਬਹੁਤ ਹੀ ਪੁਰਾਣੇ ਸਾਥੀ ਹਨ, ਜਦ ਤੱਕ ਮੈਂ ਮੀਡੀਆ ਦੇ ਵਿੱਚ ਆਇਆ ਹਾਂ ਉਦੋਂ ਤੋਂ ਜੁੜੇ ਹੋਏ ਹਨ ਸਾਡੇ ਨਾਲ, ਅਤੇ ਰਾਹੇ ਬਗਾਹੇ ਸਾਨੂੰ ਆਪਣੀ ਮਦਦ ਵੀ ਭੇਜਦੇ ਹਨ। ਸਾਨੂੰ ਹੀ ਨਹੀਂ, ਇਹ ਭਾਰਤ ਦੇਸ਼ ਦੇ ਵਿੱਚ ਵੀ ਕਿਤੇ ਵੀ ਕੋਈ ਵੀ ਭੁਚਾਲ ਜਾਂ ਪਿਛੜ ਆਉਂਦਾ ਹੈ ਜਾਂ ਕਿਸੇ ਗਰੀਬ ਦੇ ਉੱਤੇ ਅੱਤਿਆਚਾਰ ਹੁੰਦਾ ਹੈ ਜਾਂ ਕਿਸ ਤਰ੍ਹਾਂ ਦਾ ਵੀ ਸਾਡੇ ਸਮਾਜ ਦੇ ਵਿੱਚ ਵਿਤਕਰਾ ਹੁੰਦਾ ਹੈ, ਵਿਤਕਰਾ ਹੁੰਦਾ ਹੈ, ਉਸ ਦੇ ਲਈ ਸਾਹਮਣੇ ਖੜੇ ਹੁੰਦੇ ਹਨ। ਹੈਲੋ ਜੈਗਦੇਵ ਜੀ। ਹੈਲੋ ਜੈਗਰਦੇਵ, ਜੈ ਭੀਮ ਭਾਜੀ। ਜੈ ਭੀਮ ਜੀ, ਬੀਬੀ ਸੱਤਿਆ ਜੀ। ਹਾਂਜੀ, ਮੈਂ ਬੁਲਵੰਤਨ ਤੋਂ ਬੋਲਦੀ ਹਾਂ। ਆਏ ਆ, ਬੜੇ ਲੇਟ ਆਏ ਆ। ਹਾਂਜੀ, ਮੈਂ ਸੁਣਦੀ ਸੀ ਪ੍ਰੋਗਰਾਮ। ਅੱਛਾ ਅੱਛਾ, ਬੜੀ ਖੁਸ਼ੀ ਹੁੰਦੀ ਆ। ਦੇਖੋ ਆਪਣੇ ਬੱਚੇ ਨੇ ਕਿੰਨੇ ਆਪਣੇ ਮੈਸੇਜ ਕੀਤੇ ਆ, ਉਹਨਾਂ ਬਾਰੇ ਵੀ ਮੈਂ ਸੁਣਦੀ ਸੀਗੀ, ਤੇ ਆਪਣੇ ਜੀ ਜੀ ਜੈ ਭੀਮ ਬੋਲ ਰਹੇ ਹਾਂ, ਉਧਰ ਮਿਲੇ ਆ, ਬੜੀ ਖੁਸ਼ੀ ਹੋਈ ਆ। ਆਪਣੇ ਕੌਸ਼ਲ ਜੀ, ਜੈ ਕੌਸ਼ਲ ਜੀ, ਜੈ ਭੀਮ ਕਹਿ ਰਹੇ ਆ। ਅੱਛਾ, ਅੱਗੇ ਆਉਣ ਆ ਗਿਆ ਜੀ, ਤੇ ਬੜੀ ਖੁਸ਼ੀ ਹੁੰਦੀ ਆ। ਇਦਾਂ ਦੀਆਂ ਭੈਣਾਂ ਅੱਗੇ ਆਉਣਗੀਆਂ ਸਾਡੇ ਸਮਾਜ, ਤਾਂ ਸਾਡੇ ਸਮਾਜ ਫਿਰ ਉੱਚਾ ਹੋਊਗਾ, ਕਿਉਂ ਅਸੀਂ ਪਿੱਛੇ ਨੀ ਰਹਿਣਾ। ਸਾਨੂੰ ਬਾਬਾ ਸਾਹਿਬ ਨੇ ਹਰ ਇੱਕ ਹੱਕ ਲੈ ਕੇ ਦਿੱਤਾ ਆ ਜੀ, ਤੇ ਸਾਨੂੰ ਬੜੀ ਖੁਸ਼ੀ ਹੁੰਦੀ ਆ, ਮਾਣ ਵਾਲੀ ਗੱਲ ਆ, ਤੇ ਮੈਂ ਇਹਨਾਂ ਨੂੰ ਬਹੁਤ ਸੱਤਿਆ ਜੀ, ਤੁਹਾਡਾ ਵੀ ਬਹੁਤ ਵਧੀਆ ਲੱਗਾ ਉਦਣ ਮਿਲ ਕੇ। ਧੰਨਵਾਦ ਤੁਹਾਡਾ, ਤੇ ਇਸੇ ਤਰ੍ਹਾਂ ਹੀ ਭੈਣਾਂ ਭਰਾ ਆਪਾਂ ਰਲ ਮਿਲ ਕੇ ਜੇ ਆਪਾਂ ਸਮਾਜ ਦਾ ਕੰਮ ਕਰਾਂਗੇ। ਅਸੀਂ ਇਸ ਜਦੋਂ ਸਮਾਜ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਸਾਡੇ ਵਿੱਚ ਕਈ ਤਰ੍ਹਾਂ ਦੇ ਸਾਡੇ ਵਿੱਚ ਫੁੱਲ, ਕਿਹੜੇ ਫੁੱਲ ਹੁੰਦੇ ਹਨ, ਚਾਹੇ ਉਹ ਕੰਡਿਆਂ ਵਾਲੇ ਹੋਣ, ਚਾਹੇ ਕੰਡਿਆਂ ਤੋਂ ਬਗੈਰ ਹੋਣ, ਲੇਕਿਨ ਸਾਡਾ ਸਮਾਜ ਇੱਕ ਇਸ ਤਰ੍ਹਾਂ ਦਾ ਸਮਾਜ ਬਣ ਚੁੱਕਾ ਹੈ ਜਿਸ ਦੇ ਵਿੱਚ ਹਰੇਕ ਤਰ੍ਹਾਂ ਦਾ ਜਿਹੜਾ ਫੁੱਲ ਆ ਉਸ ਦੇ ਵਿੱਚ ਹੈਗਾ ਆ। ਅਨਪੜ੍ਹ ਵੀ ਹੈਗਾ, ਪੜ੍ਹਿਆ ਲਿਖਿਆ ਵੀ ਹੈਗਾ, ਕੁੱਟ ਖਾਣ ਵਾਲਾ ਵੀ ਹੈ, ਕੁੱਟਣ ਵਾਲਾ ਵੀ ਹੈਗਾ ਆ। ਅੱਜ ਜੇ ਲੀਡਰ ਵੀ ਹੈਗੇ ਆ ਤਾਂ ਲੀਡਰ ਵਿਕਣ ਵਾਲੇ ਵੀ ਸਾਡੇ ਵਿੱਚ ਹੈਗੇ ਹਨ, ਲੇਕਿਨ ਕਮੀ ਕੀ ਆ ਸਾਡੇ ਵਿੱਚ? ਕਮੀ ਅੱਗੇ ਆ ਕਿ ਅਸੀਂ ਮੂੰਹ ਦੇ ਉੱਤੇ ਗੱਲ ਨਹੀਂ ਕਰਦੇ ਕਿਸੇ ਦੇ, ਕਮੀ ਸਾਡੀ ਇਹ ਰਹਿ ਜਾਂਦੀ ਆ। ਜਦੋਂ ਅਸੀਂ ਮੂੰਹ ਦੇ ਉੱਤੇ ਗੱਲ ਕਰਦੇ ਹਾਂ ਤਾਂ ਅਸੀਂ ਮਾੜੇ ਬਣ ਜਾਂਦੇ, ਲੇਕਿਨ ਮੂੰਹ 'ਤੇ ਗੱਲ ਕਰਨ ਵਾਲਾ ਚੰਗਾ ਰਹਿੰਦਾ ਹੈ, ਮਾੜਾ ਇੱਕ ਵਾਰੀ ਬਣੇਗਾ ਲੇਕਿਨ ਬਾਰ ਬਾਰ ਨਹੀਂ ਬਣੇਗਾ। ਤੁਸੀਂ ਕੀ ਕਹਿਣਾ ਚਾਹੁੰਦੇ ਕੁਸ਼ਲ ਜੀ ਇਸ ਬਾਰੇ? ਬਿਲਕੁਲ ਸਹੀ ਕਿਹਾ ਆਪਨੇ। ਹਮ ਲੋਕ ਹਮਾਰੇ ਨੁਮਾਇੰਦੋ ਕੋ ਜਬ ਪਾਰਲੀਮੈਂਟ ਮੇਂ ਭੇਜਤੇ ਹੈ ਯਾ ਵਿਧਾਨ ਸਭਾ ਮੇਂ ਭੇਜਤੇ ਹੈ, ਹਮ ਇਸ ਉਮੀਦ ਸੇ ਭੇਜਤੇ ਹੈ ਕਿ ਵੋ ਹਮਾਰੇ ਸਮਾਜ ਕੀ ਬਾਤ ਕਰੇਗਾ, ਹਮਾਰੇ ਸਮਾਜ ਕੇ ਲੀਏ ਨਈ ਨਈ ਪਾਲਿਸੀ ਬਨੇਗੀ, ਇੰਟਰਪ੍ਰਨਰਸ਼ਿਪ ਕੇ ਰੂਪ ਮੇਂ ਚਾਹੇ ਭਲੇ ਹੀ ਇੱਕ ਪ੍ਰਾਈਵੇਟਾਈਜੇਸ਼ਨ ਕੀ ਤਰਫ ਜਿਸ ਤਰੀਕੇ ਸੇ ਸਮਾਜ ਬੜਤਾ ਜਾ ਰਹਾ, ਤੋ ਹਮੇਂ ਵੀ ਭਾਗੀਦਾਰੀ ਮਿਲੇਗੀ, ਤੋ ਹਮੇਂ ਆਪਣੇ ਨੁਮਾਇੰਦੋ ਸੇ ਹੀ ਉਮੀਦ ਰਹਤੀ ਹੈ। ਲੇਕਿਨ ਹਮੇਂ ਦੁਖ ਇਸ ਬਾਤ ਕਾ ਹੋਤਾ ਹੈ ਕਿ ਜਬ ਹਮ ਆਪਣੇ ਰਿਪ੍ਰਜੈਂਟੇਸ਼ਨ ਕੋ ਵਹਾਂ ਪਰ ਭੇਜਤੇ ਹੈ, ਮੈਂਬਰ ਆਫ ਪਾਰਲੀਮੈਂਟ ਬਣਾ ਕੇ ਯਾ ਅਸੈਂਬਲੀ ਮੇਂ ਭੇਜਤੇ ਹੈ, ਤੋ ਵੋ ਲੋਕ ਚੁੱਪ ਹੋ ਜਾਤੇ ਹੈ, ਤੋ ਇਹ ਬਿਲਕੁਲ ਸਹੀ ਹੈ ਵੋ, ਕਿਉਂਕਿ ਉਨਕੀ ਇਮਾਨਦਾਰੀ ਆਪਣੇ ਪਾਰਟੀ ਕੇ ਤਰਫ ਜ਼ਿਆਦਾ ਰਹਤੀ ਹੈ, ਸਮਾਜ ਕੇ ਤਰਫ ਕਮ ਹੋ ਜਾਤੀ ਹੈ। ਹਾਂ, ਲੇਕਿਨ ਮੈਂ ਇਤਨੇ ਇਸਮੇਂ ਜ਼ਰੂਰ ਕਹੂੰਗੀ ਕਿ ਜਿਤਨਾ ਮੈਨੇ ਸੰਵਿਧਾਨ ਕੋ ਪੜ੍ਹਾ ਹੈ ਔਰ ਉਸਕੀ ਪੋਲਿਸੀਜ਼, ਉਨਕੀ ਪੂਰੀ ਮਤਲਬ ਜਿਤਨਾ ਵੀ ਆਰਡੀਨੈਂਸ ਹੈ ਉਸਕੋ ਪੜ੍ਹਾ ਹੈ, ਉਸਕੋ ਦੇਖਤੇ ਹੋਏ ਉਨਕਾ ਜੋ ਇੱਕ 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 ਤਰ੍ਹਾਂ ਸੇ ਇੱਕ ਬਚਾਵ ਕਾ ਇੱਕ ਜੋ ਤਰੀਕਾ ਹੈ ਵੋ ਇਹ ਹੋਤਾ ਹੈ ਕਿ ਸਿਰਫ ਦਲਿਤ ਸਮਾਜ ਉਨਕੋ ਚੁਣ ਕੇ ਨਹੀਂ ਭੇਜਦਾ, ਉਨਕੋ ਬਲਕਿ ਪੂਰਾ ਕਾ ਪੂਰਾ ਇੰਟਾਇਰ ਸਮਾਜ ਕੇ ਲੋਕ ਉਸਕੋ ਵੋਟ ਦੇਤੇ ਹੈ। ਤੋ ਜ਼ਾਹਿਰ ਸੀ ਬਾਤ ਹੈ ਕਿ ਕਿਉਂਕਿ ਪੂਰਾ ਸਮਾਜ ਉਨਕੋ ਵੋਟ ਨਹੀਂ ਦੇ ਪਾਤਾ, ਮਤਲਬ ਪੂਰਾ ਸਮਾਜ ਹੀ ਸਿਰਫ ਵੋਟ ਨਹੀਂ ਦੇਤਾ, ਦੂਸਰਾ ਸਮਾਜ ਵੀ ਵੋਟ ਦੇਤਾ ਹੈ, ਦੂਸਰਾ ਸਮੁਦਾਇ ਵੀ ਵੋਟ ਦੇਤੇ ਹੈ, ਤੋ ਕਹੀਂ ਨਾ ਕਹੀਂ ਇੱਕ ਇੱਕ ਉਨਕੀ ਵੀ ਫਾਊਂਡੇਸ਼ਨ ਹੋਤੀ ਹੈ ਆਪਣੀ ਪਾਰਟੀ ਕੇ ਪ੍ਰਤੀ ਵੀ। ਲੇਕਿਨ ਇਨ ਸਭ ਕੇ ਬਾਵਜੂਦ ਵੀ ਮੈਂ ਇਹ ਕਹੂੰਗੀ ਕਿ ਅਗਰ ਵੋ ਬੋਲੇ ਤੋ ਆਪਣੇ ਸਮਾਜ ਕੇ ਬੀਚ ਮੇਂ ਜਾ ਕੇ ਉਨਕੋ ਦੁਗਨਾ ਇੱਕ ਤਰ੍ਹਾਂ ਸੇ ਇਨਪੁਟ ਮਿਲੇਗਾ, ਦੁਗਨਾ ਉਨਕੋ ਫਾਇਦਾ ਹੋਗਾ, ਕਿਉਂਕਿ ਸਮਾਜ ਤੋਂ ਆਖਿਰ 5 ਸਾਲ ਕੇ ਬਾਅਦ ਫਿਰ ਦੁਬਾਰਾ ਉਸੀ ਕੋ ਵੋਟ ਵੋਟ ਦੇਗਾ, ਅਗਰ ਵੋ ਅੱਛਾ ਕੰਮ ਕਰੇਗਾ ਤੋ ਬੋਲੇਗਾ। ਇਸ ਲਈ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਨੇ ਇਹੀ ਕਿਹਾ ਥਾ ਕਿ ਸ਼ਿਕਸ਼ਿਤ ਬਣਨੇ ਕੇ ਬਾਅਦ ਸੰਗਠਿਤ ਹੋਣੇ ਕੀ ਜ਼ਰੂਰਤ ਹੈ ਔਰ ਫਿਰ ਅੰਦੋਲਨ ਕਰਨੇ ਕੀ ਜ਼ਰੂਰਤ ਹੈ, ਔਰ ਇਹ ਅੰਦੋਲਨ ਕੀ ਇੱਕ ਪ੍ਰਕਿਰਿਆ ਹੈ ਕਿ ਆਪ ਆਪਣੇ ਨੁਮਾਇੰਦੇ ਕੋ ਕਮ ਸੇ ਕਮ ਜ਼ੁਬਾਨ ਦੇ ਕੇ ਭੇਜੇ, ਜਬ ਜ਼ੁਬਾਨ ਦੇ ਕੇ ਹਮ ਭੇਜਤੇ ਹੈ ਤੋ ਸਮਾਜ ਉਨਕੋ ਸਿਰ ਮਾਥੇ ਪਰ ਰੱਖਤਾ ਹੈ, ਤੋ ਹਮੇਂ ਦੁੱਖ ਇਸ ਬਾਤ ਕਾ ਹੋਤਾ ਹੈ ਕਿ ਹਮਾਰੇ ਆਪਣੇ ਹੀ ਲੋਕ ਉਸਮੇਂ ਕਹੀਂ ਨਾ ਕਹੀਂ ਪਿੱਛੇ ਹਟ ਜਾਤੇ ਹੈ ਜਾਂ ਫਿਰ ਚੁੱਪੇ ਸਾਧ ਲੈਤੇ ਹੈ। ਚੁੱਪੇ ਸਾਧਨੇ ਕਾ ਮਤਲਬ ਵੀ ਇੱਕ ਤਰ੍ਹਾਂ ਸੇ ਗੁਲਾਮੀ ਹੀ ਹੋਤੀ ਹੈ, ਜੋ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਨੇ ਜਿਸਕੀ ਤਰਫ ਪਹਿਲੇ ਸੇ ਇਸ਼ਾਰਾ ਕੀਆ ਥਾ ਕਿ ਮੁਝੇ ਪੜ੍ਹੇ ਲਿਖੇ ਲੋਗੋਂ ਨੇ ਧੋਖਾ ਦੀਆ। ਪੜ੍ਹੇ ਲਿਖੇ ਲੋਗੋਂ ਕਾ ਮਤਲਬ ਸਿਰਫ ਇਹ ਨਹੀਂ ਹੈ ਕਿ ਹਮ ਯੂਨੀਵਰਸਿਟੀਜ਼ ਮੇਂ ਪ੍ਰੋਫੈਸਰਸ ਕੇ ਹੀ ਬਾਰੇ ਮੇਂ ਬਾਤ ਕਰਨੇ ਹੈ, ਬਲਕਿ ਵੋ ਸਮਾਜ ਮਤਲਬ ਵੋ ਵਿਅਕਤੀ ਜੋ ਆਗੇ ਬੜ ਜਾਤਾ ਹੈ, ਜੋ ਸਮਾਜ ਕੋ ਇੱਕ ਨਈ ਦਿਸ਼ਾ ਦੇ ਸਕਤਾ ਹੈ, ਜੋ ਪੋਲਿਸੀ ਮੇਕਿੰਗ ਕਾ ਕਾਮ ਕਰਵਾ ਸਕਤਾ ਹੈ, ਯਾ ਪਾਰਟੀ ਕੇ ਅੰਦਰ ਵੀ ਆਪਣੀ ਇੱਕ ਆਵਾਜ਼ ਕੋ ਆਪਣੇ ਸਮਾਜ ਕੋ ਰਿਪ੍ਰਜੈਂਟੇਸ਼ਨ ਕਰਤੇ ਹੋਏ ਦੇ ਸਕਤਾ ਹੈ, ਵੋ ਲੇਕਿਨ ਦੇਣਾ ਨਹੀਂ ਚਾਹਤਾ। ਦੂਸਰੀ ਚੀਜ਼ ਇੱਕ ਮਹਿਲਾ ਹੋਣੇ ਕੇ ਨਾਤੇ ਮੈਂ ਸਿਰਫ ਇਹ ਕਹੂੰਗੀ ਕਿ ਹਮ ਬਾਰ ਬਾਰ ਮੈਨੇ ਆਪਣੀ ਬਾਤਚੀਤ ਮੇਂ ਵੀ ਇਹ ਸ਼ੁਰੂ ਕੀਆ ਥਾ ਕਿ ਹਮ ਲੋਕ ਜਬ ਇਕਵਿਟੀ ਕੀ ਬਾਤ ਕਰਤੇ ਹੈ, ਇਕਵਾਲਿਟੀ ਕੀ ਬਾਤ ਕਰਤੇ ਹੈ, ਤਾਂ ਲਗਾਤਾਰ ਹਮਾਰਾ ਇਹ ਪ੍ਰਯਾਸ ਰਹਾ ਇੱਕ ਸੋਸ਼ਲ ਐਕਟਿਵਿਸਟ ਹੋਣੇ ਕੇ ਨਾਤੇ ਵੀ, ਹਾਲਾਂਕਿ ਮੈਂ ਬਹੁਤ ਬੜੀ ਸੋਸ਼ਲ ਐਕਟਿਵਿਸਟ ਨਹੀਂ ਹੂੰ, ਲੇਕਿਨ ਜਿਤਨੀ ਵੀ ਸਮਾਜ ਮੇਂ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਕੇ ਅਨੁਸਾਰ ਪੇ ਬੈਕ ਟੂ ਸੋਸਾਇਟੀ ਹਮ ਲੋਕ ਕਰਤੇ ਹੈ, ਉਸਕੇ ਤਹਿਤ ਵੀ ਹਮਨੇ
कि वुमेन रिजर्वेशन बिल होना चाहिए ताकि हम लोग अपना अपना समाज का अपने दलित महिलाओं का बराबर का रिप्रेजेंटेशन देख सकें। तो आपने अभी तक तो पुरुषों को ही एक तरह से मौका दिया राजनीति में बोलने के लिए, तो क्यों ना महिलाओं को भी आप बराबर की भागीदारी दें। जो महिला घर को संभाल सकती है वो महिला संसद को भी संभाल सकती है। मेरा बस इसी में यही कहना था कि वुमेन रिजर्वेशन बिल के अंदर विद इन वुमेन रिजर्वेशन बिल हमें चाहिए, और वुमेन रिजर्वेशन बिल तभी पास होगा जो विद इन रिजर्वेशन लागू होगा। तो तभी हम लोग अपने आवाज़ के साथ अपनी जुबान के साथ हम अपने मेंबर ऑफ पार्लियामेंट को, मेंबर ऑफ असेंबलीज को, लेजिस्लेटिव असेंबली को हम सुन पाएंगे। वो तभी होगा जब हम उस जगह पर पहुंचेंगे जहां पर नीतियां बनाई जाती हैं, जहां पर नीतियां लागू होती हैं। जी धन्यवाद जी, थोड़ा बहुत बहुत एजुकेट ऑर्गेनाइज एजिटेट, जिस तरह उन्होंने दस्या कि बाबा साहब की एक जी जरा असल मुद्दा से बाबा साहब का एजुकेट ऑर्गेनाइज एजिटेट, वो जरा जिस दिन असं उसको अडोप्ट कर लिया अपने अंदर ढाल लिया, तो साड़ी कोई दुनिया की ताकत नहीं जी सू कोई हिला दे, सू कोई किंतु परंतु कर जाए। चौहान जी थानू अज टाइम थोड़ा मिले, तुम कि कहना चाहते हो? जिथे तक तुसी कीती है वुमन रिजर्वेशन दी, क्योंकि इहदे विच अज दुनिया भर विच भी इस चीज ते गौर कीती जा रही है। मैं इत्थे दी सियासत विच इनवॉल्व हाँ, इत्थे भी बड़ी कोशिश कर रही है वुमन नू, वुमन एम्पावरमेंट नू ਲੋਕਾਂ ਨੂੰ, ਕਿਉਂਕਿ ਹਿਸਾਬ ਦੇ ਨਾਲ ਸੀਟਾਂ ਦਿੱਤੀਆਂ ਆ। ਇਹੋ ਜਿਹੀਆਂ ਪਾਲਿਸੀਆਂ ਜੇ ਭਾਰਤ ਦੇਸ਼ ਨੂੰ ਅਡਾਪਟ ਕਰ ਲਏ ਤੇ ਉਹਦੇ ਵਿੱਚ ਬਹੁਤ ਵਧੀਆ ਹੋ ਸਕਦਾ। ਥੈਂਕ ਯੂ, ਸੌਰੀ ਹੈ, ਥੈਂਕ ਯੂ ਕਹਿ ਦਿਓ। ਇਹ ਕੌਸ਼ਲ ਜੀ ਲਾਸਟ ਪੁਆਇੰਟ ਆ ਮੇਰੇ ਕੋਲ ਜੀ, ਇਹ ਮੈਂ ਤੇ ਸੁਣਿਆ ਸੀਗਾ ਵੀ ਤੇ ਦੇਖਿਆ ਵੀ ਪੜ੍ਹਿਆ ਵੀ ਆ ਤੁਹਾਨੂੰ, ਤੁਸੀਂ ਰਾਈਟਰ ਵੀ ਹੋ, 6 ਬੁੱਕਾਂ ਵੀ ਲਿਖੀਆਂ ਜੀ, ਕੀ ਕਹਿਣਾ ਚਾਹੁੰਦੇ ਹੋ? ਬੁੱਕਾਂ ਕਿਸ ਬੇਸ ਦੇ ਉੱਤੇ ਲਿਖੀਆਂ, ਕੀ ਆਪਣੀ ਤੁਹਾਡੀ ਸੋਚ ਸੀ ਉਸ ਦੇ? ਦੇਖੀਏ ਮੇਰੀ ਕਿਤਾਬਾਂ ਜੋ ਹੈ ਉਹ ਲਗਭਗ ਜੋ ਸੰਸਕ੍ਰਿਤ ਟੈਕਸਟ ਮੇ ਜੋ ਵਮਨ ਕੀ ਕੰਡੀਸ਼ਨ ਹੈ ਉਸ ਕੋ ਲੇਕਰ ਹੈ, चाहे शुद्र स्त्री को लेकर हो या तमाम हमारी जनरल स्त्री को लेकर हो। दूसरा, मैं क्योंकि एक राइटर भी हूं तो मैंने कहानियों पर भी अपनी किताबें कह चुकी है जो नेशनल बुक ट्रस्ट ऑफ इंडिया को राइटर होने के नाते कविता सुना दो कोई, फ्यू मिनट आपको, 2 मिनट है आपने, लास्ट कोई भी सुना दो, जो भी याद है आपको। सिसकता रहेगा मानव समय की धार से कब तक, सिसकता रहेगा मानव समय की धार से कब तक, अंधियारे को चीर कर उजाला होगा कब तक, अंधियारे को चीर कर उजाला होगा कब तक। मैं बस इतना ही कहना चाहती हूँ, उजाले की वेट में आपके आजाद टीवी चैनल के माध्यम से आपके तमाम दर्शकों के माध्यम से, लास्ट नहीं शुरुआत है मेरी तरफ से, बिगनिंग मैं इसको कहूंगी कि मैं ये आप सब दर्शकों से भी और आप इस फोरम में बैठे हुए सभी लोगों से ये मांग करती हूं कि वुमन रिजर्वेशन हमें मिलनी चाहिए और उसमें दलितों की भागीदारी, दलित महिलाओं की, दलित महिलाओं की भागीदारी बराबर है। मान सम्मान भी देना है। हां जी, कौशल जी नु मान सम्मान दियो। थैंक यू, रह ही चले साडे को टाइम। थैंक यू सो मच। मैं भी हाथ लात नंबर जी जी, चलो ठीक है, लग गया ठीक है। आप तो सब कुछ है पूरे मतलब पूरे चैनल का करता धरता है, मुझे बहुत खुशी। छोटा जी आजाद टीवी के ऐसे ही फलता फूलता रहे, आप समाज के जो सोच को जो आजाद टीवी की जो कौशल जी, थैंक यू वेरी मच, थोड़ा बहुत बहुत धन्यवाद आजाद टीवी वालों और साढ़े चौहान जी वालों और मेरे वालों, थानू जी आया ते अगले हफ्ते तक सानू इजाजत दियो, रब रखा, जींदे रहे तो फिर मिलांगे। जय गुरुदेव, जय भीम, जय वाल्मीकि।